ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ 12th ਕਲਾਸ ਦੇ ਲਈ 12ਵੀਂ ਕਲਾਸ ਦੇ ਲਈ ਲਾਜ਼ਮੀ ਪੰਜਾਬੀ ਪੰਜਾਬੀ ਲਾਜ਼ਮੀ ਜਨਰਲ ਪੰਜਾਬੀ ਦਾ ਜਿਹੜੇ ਕਿ ਸੈਂਪਲ ਪੇਪਰ ਲੈ ਕੇ ਆਇਆ ਵਿਦ ਸੋਲੂਸ਼ਨ ਇਹ ਸੈਂਪਲ ਪੇਪਰ ਤੁਹਾਡੇ ਰਿਵੀਜ਼ਨ ਟੈਸਟ ਪੇਪਰ ਤੁਹਾਡੇ ਸਤੰਬਰ ਇਗਜ਼ਾਮ ਦੀ ਤਿਆਰੀ ਦੇ ਲਈ ਹੈ ਸਟੂਡੈਂਟਸ ਸੋ ਵੀਡੀਓ ਦੇ ਅੰਤ ਤੱਕ ਦੇਖਣਾ ਕਿਉਂਕਿ ਬਹੁਤ ਸਾਰੇ ਕੁਐਸਚਨਸ ਨੇ ਜਿਹੜੇ ਕਿ ਮੈਂ ਬੋਲ ਕੇ ਸਮਝਾਉਣੀ ਹੁੰਦੀਆਂ ਕਿਉਂਕਿ ਜਦੋਂ ਆਪਾਂ ਇੱਕ ਕੁਐਸਚਨ ਕਰਦੇ ਤਾਂ ਉਹਦੇ ਨਾਲ ਦੇ ਨਾਲ ਆਪਣੇ ਮਾਈਂਡ ਚ ਹੋਰ ਵੀ ਕੁਐਸਚਨਸ ਉਹਦੇ ਰਿਲੇਟਡ ਜਿਹੜੇ ਕਿ ਬਣਦੇ ਨੇ ਤਾਂ ਆਪਾਂ ਉਹ ਸਾਰੇ ਕੁਐਸਚਨਸ ਡਿਸਕਸ ਕਰਾਂਗੇ ਤੇ ਸਿਲੇਬਸ ਕੀ ਹੈ ਸਤੰਬਰ ਦੇ ਐਗਜ਼ਾਮ ਤੋਂ ਆਲਰੇਡੀ ਵੀਡੀਓ ਅਪਲੋਡ ਕੀਤੀ ਹੋਈ ਆ ਪੇਪਰ ਦਾ ਪੈਟਰਨ ਕੀ ਆ ਉਹ ਵੀ ਅਪਲੋਡ ਕੀਤੀ ਹੋਈ ਤੁਸੀਂ ਉਹ ਵਾਚ ਕਰ ਸਕਦੇ ਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਕਿ ਸੁੰਦਰ ਹੈਂਡਰਾਈਟਿੰਗ ਦੇ ਲਈ 5 ਅੰਕ ਮਿਲਣਗੇ ਅਗਰ ਤੁਹਾਡੀ ਹੈਂਡਰਾਈਟਿੰਗ ਨੀਟ ਐਂਡ ਕਲੀਨ ਹੈ ਉਹਦੇ ਵਿੱਚ ਕਟਿੰਗ ਨਹੀਂ ਹੈ ਤਾਂ ਤੁਹਾਨੂੰ 5 ਮਾਰਕਸ ਮਿਲਣਗੇ ਠੀਕ ਹੈ ਤੇ ਅੱਗੇ ਤੁਹਾਡੇ ਸੈਕੰਡ ਪਾਰਟ ਤੋਂ ਤੁਹਾਡਾ ਸਟਾਰਟ ਹੁੰਦਾ ਜਿਹੜੇ ਕਿ ਭਾਗੂੜਾ ਜਿਹਦੇ ਵਿੱਚ ਪਹਿਲਾਂ ਵਸਤੂਨਿਸ਼ਟ ਕੁਐਸਚਨ ਨੇ ਠੀਕ ਹੈ ਵਸਤੂਨਿਸ਼ਟ ਕੁਐਸਚਨ ਆਬਜੈਕਟਿਵ ਟਾਈਪ ਕੁਐਸਚਨ ਆਨਸਰ ਹਰ ਕੁਐਸਚਨ ਸਟੂਡੈਂਟਸ ਦੇ ਇਹ 2 ਮਾਰਕਸ ਦਾ ਸੋ ਇਹਨਾਂ ਆਬਜੈਕਟਿਵ ਟਾਈਪ ਕੁਐਸਚਨਸ ਅਨਸਰਾਂ ਨੂੰ ਤੁਸੀਂ ਧਿਆਨ ਦੇ ਨਾਲ ਕਰਨਾ ਕਿਉਂਕਿ ਇਹ ਤੁਹਾਡੇ ਨੰਬਰ ਵਧਾ ਵੀ ਸਕਦੇ ਨੇ ਤੇ ਘਟਾ ਵੀ ਸਕਦੇ ਨੇ ਕਿਉਂਕਿ ਅਗਰ ਤੁਹਾਡੇ ਸਪੋਜ਼ ਦੋ ਰੋਂਗ ਹੋਗੇ ਤਾਂ ਸਿੱਧੇ ਤੁਹਾਡੇ 4 ਮਾਰਕਸ ਕੱਟੇਗੇ ਤਿੰਨ ਰੋਂਗ ਕਰਤੇ ਸਿੱਧੇ ਤੁਹਾਡੇ 6 ਮਾਰਕਸ ਕੱਟੇਗੇ ਜੇ ਤੁਸੀਂ 5 ਰੋਂਗ ਕੀਤੇ ਤਾਂ ਸਿੱਧੇ ਤੁਹਾਡੇ 10 ਮਾਰਕਸ ਕੱਟੇ ਜਾਣਗੇ ਸੋ ਇਹਨਾਂ ਨੂੰ ਧਿਆਨ ਦੇ ਨਾਲ ਕਰਨਾ ਤੇ ਚੈਪਟਰਸ ਦੇ ਰਾਈਟਰ ਨੇ ਕਹਾਣੀਆਂ ਦੇ ਰਾਈਟਰ ਨੇਮ ਕਹਾਣੀਕਾਰਾਂ ਦੇ ਤੇ ਕਵਿਤਾਵਾਂ ਦੇ ਕਵੀ ਦੇ ਨਾਂ ਉਹਨਾਂ ਸਾਰਿਆਂ ਦੇ ਯਾਦ ਕਰਨੇ ਕਿਉਂਕਿ ਇਸ ਪਾਰਟ ਚੋਂ ਵੀ ਤੁਹਾਨੂੰ 2 ਤੋਂ 3 ਕੁਐਸਚਨ ਜਿਹੜੇ ਕਿ ਆਉਂ ਉਹ ਰਾਈਟਰਜ਼ 네임ਡ ਵਿਦ ਟ੍ਰਿਕ ਨਾਲ ਇੱਕ ਵੀਡੀਓ ਸਮਝਾਈ ਹੋਈ ਆ ਉਹ ਤੁਸੀਂ ਵਾਚ ਕਰ ਸਕਦੇ ਹਾਂਜੀ ਫਰਸਟ ਕੁਐਸਚਨ ਹੈ ਆਪਣਾ ਮੁੰਡੇ ਤੇ ਕੁੜੀਆਂ ਦੀ ਹਾਰਮਨ ਪਿਆਰੀ ਖੇਡ ਕਿਹੜੀ ਆ ਤਾਂ ਮੁੰਡੇ ਤੇ ਕੁੜੀਆਂ ਦੀ ਹਾਰਮਨ ਪਿਆਰੀ ਖੇਡ ਜਿਹੜੀ ਕਿਹੜੀ ਹੈ ਉਹ ਹੈ ਸ਼ੱਕਰਪੀਜੀ ਸ਼ੱਕਰਪੀਜੀ ਇਹ ਮੁੰਡੇ ਤੇ ਕੁੜੀਆਂ ਦੀ ਹਾਰਮਨ ਪਿਆਰੀ ਖੇਡ ਹੈ ਠੀਕ ਹੈ ਅਗਰ ਪੁੱਛਿਆ ਜਾਵੇ ਪੰਜਾਬੀ ਪੰਜਾਬੀ ਜਵਾਨਾਂ ਦੀ ਹਰਮਨ ਪਿਆਰੀ ਖੇਡ ਕਿਹੜੀ ਆ ਪੰਜਾਬੀ ਜਵਾਨਾਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ ਤਾਂ ਪੰਜਾਬੀ ਜਵਾਨਾਂ ਦੀ ਹਰਮਨ ਪਿਆਰੀ ਖੇਡ ਹੋਊਗੀ ਜਾਂ ਮਨਪਸੰਦ ਖੇਡ ਖੇੜੀ ਆ ਪੰਜਾਬੀ ਜਵਾਨਾਂ ਦੀ ਮਨਪਸੰਦ ਖੇਡ ਕਿਹੜੀ ਆ ਤਾਂ ਸੌਂਚੀ ਪੱਕੀ ਸੌਂਚੀ ਪੱਕੀ ਤੇ ਸੌਂਚੀ ਪੱਕੀ ਦੇ ਜਿਹੜੇ ਕਿ ਛਪਾਰ ਦੇ ਮੇਲੇ ਦੇ ਵਿੱਚ ਜਿਹੜੇ ਕਿ ਮੁਕਾਬਲੇ ਹੁੰਦੇ ਸੀ ਠੀਕ ਹੈ ਸੌਂਚੀ ਪੱਕੀ ਤੇ ਇੱਕ ਕੁਐਸਚਨ ਇਹ ਵੀ ਆਉਂਦਾ ਹੁੰਦਾ ਕਿ ਕੁੜੀਆਂ ਦੀ ਹਾਰਮੋਨ ਪਿਆਰੀ ਖੇਡ ਕਿਹੜੀ ਹੈ ਕੁੜੀਆਂ ਦੀ ਹਾਰਮੋਨ ਪਿਆਰੀ ਖੇਡ ਹੈਗੇ ਅੱਡੀ ਛੜੱਪਾ ਜਾਂ ਅੱਡੀ ਟੱਪਾ ਜਦੋਂ ਤਾਂ ਦੋਨਿਆਂ ਦੀ ਪੁੱਛੀ ਜਾਵੇ ਮੁੰਡੇ ਤੇ ਕੁੜੀਆਂ ਦੀ ਦੋਨਾਂ ਦੀ ਕਿਹੜੀ ਖੇਡ ਮਨਪਸੰਦ ਹੈ ਤਾਂ ਸ਼ੱਕਰਪੀਤੀ ਜਦੋਂ ਕੱਲੀ ਪੰਜਾਬੀ ਜੋ ਨੌਜਵਾਨਾਂ ਦੀ ਪੁੱਛੀ ਜਾਵੇ ਫਿਰ ਸੌਂਚੀ ਪੱਕੀ ਤੇ ਜਦੋਂ ਇਹਨਾਂ ਦੀ ਕੱਲੀ ਕੁੜੀਆਂ ਦੀ ਹਾਰਮੋਨ ਪਿਆਰੀ ਖੇਡ ਪੁੱਛੀ ਜਾਵੇ ਤਾਂ ਆਨਸਰ ਆਊਗਾ ਅੱਡੀ ਛੜੱਪਾ ਜਾਂ ਅੱਡੀ ਟੱਪਾ ਠੀਕ ਹੈ ਅੱਡੀ ਛੜੱਪਾ ਜਾਂ ਅੱਡੀ ਟੱਪਾ ਤੇ ਪੰਜਾਬੀਆਂ ਦੀ ਕਿਹੜੀ ਖੇਡ ਹੈ ਜਿਹੜੀ ਕਿ ਰਾਸ਼ਟਰੀ ਖੇਡ ਦੇ ਤੌਰ ਤੇ ਜਿਹੜੀ ਕਿ ਉਹਨੂੰ ਜਾਣਿਆ ਜਾਂਦਾ ਤਾਂ ਉਹ ਹੋਊਗੀ ਕਬੱਡੀ ਠੀਕ ਹੈ ਅਗਲਾ ਕੁਐਸਚਨ ਹੈ ਵਿਆਹ ਤੋਂ ਪਹਿਲਾਂ ਤੇ ਇੱਕ ਦਾ ਰਾਈਟਰ ਨੇਮ ਵੀ ਯਾਦ ਕਰਨਾ ਕਿ ਪੰਜਾਬ ਦੀਆਂ ਲੋਕ ਖੇਡਾਂ ਰਾਈਟਰ ਨੇਮ ਦਾ ਕੀ ਹੈ ਪੰਜਾਬ ਦੇ ਲੋਕ ਖੇਡਾਂ ਦਾ ਲੇਖਕ ਕੌਣ ਹੈ ਤਾਂ ਸੁਖਦੇਵ ਸਿੰਘ ਮਾਦਪੁਰੀ ਸੁਖਦੇਵ ਸਿੰਘ ਮਾਦਪੁਰੀ ਜਿਹੜੀ ਕਿ ਪੰਜਾਬ ਦੀਆਂ ਲੋਕ ਖੇਡਾਂ ਚੈਪਟਰ ਦਾ ਰਾਈਟਰ ਹੈ ਅਗਲਾ ਕੁਐਸਚਨ ਹੈ ਵਿਆਹ ਤੋਂ ਪਹਿਲਾਂ ਕਿਹੜੀ ਵੱਡੀ ਰੀਤ ਹੈ ਜਿਹੜੀ ਬੰਣੜੇ ਤੇ ਬੰਣੜੀ ਦੋਹਾਂ ਲਈ ਕੀਤੀ ਜਾਂਦੀ ਹੈ ਤਾਂ ਪੰਜਾਬ ਦੀਆਂ ਰਸਮਾਂ ਇਹ ਕੁਸ਼ਨ ਹੈ ਪੰਜਾਬ ਦੀਆਂ ਰਸਮਾਂ ਪੰਜਾਬ ਦੇ ਰਸਮਾਂ ਰਿਵਾਜ ਚੈਪਟਰ ਦੇ ਵਿੱਚੋਂ ਤੇ ਪੰਜਾਬ ਦੇ ਰਸਮਾਂ ਰਿਵਾਜ ਚੈਪਟਰ ਹੈਗਾ ਗੁਲਜਾਰ ਸਿੰਘ ਸੰਧੂ ਦਾ ਪੰਜਾਬ ਦੇ ਰਸਮਾਂ ਰਿਵਾਜ ਚੈਪਟਰ ਹੈਗਾ ਗੁਲਜਾਰ ਸਿੰਘ ਸੰਧੂ ਦਾ ਤਾਂ ਇਹ ਰੀਤ ਜਿਹੜੀ ਬੰਣੜੇ ਤੇ ਬੰਣੜੀ ਦੋਨਾਂ ਲਈ ਕੀਤੀ ਜਾਂਦੀ ਹੈ ਤੇ ਇਹ ਹੈਗੀ ਆ ਬਟਨੇ ਜਾਂ ਮਾਈਏ ਦੀ ਬਟਨੇ ਜਾਂ ਮਾਇਏ ਦੀ ਰੀਤ ਠੀਕ ਹੈ ਜਿਹੜੀ ਦੋਨਾਂ ਦੇ ਲਈ ਕੀਤੀ ਜਾਂਦੀ ਹੈ ਬੰੜੜੇ ਤੇ ਬੰੜੜੀ ਦੇ ਲਈ ਮੀਨਸ ਲਾੜੇ ਤੇ ਲਾੜੀ ਦੇ ਲਈ ਤੇ ਜੇ ਕੁਐਸਚਨ ਐਵੇਂ ਪੁੱਛਿਆ ਜਾਵੇ ਕਿ ਮੁੰਡੇ ਤੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਤੋਂ ਪਹਿਲਾਂ ਕਿਹੜੀ ਰਸਮ ਹੁੰਦੀ ਹੈ ਤਾਂ ਹੁੰਦੀ ਹੈ ਰੋਕਣ ਜਾਂ ਠਾਕਣ ਦੀ ਰੋਕਣ ਜਾਂ ਠਾਕਣ ਦੀ ਤੇ ਕੁੜੀ ਦੇ ਲਈ ਛਗਣਾ ਦੀ ਨਿਸ਼ਾਨੀ ਕਿਹੜੀ ਚੀਜ਼ ਹੁੰਦੀ ਹੈ ਤਾਂ ਹੁੰਦੀ ਹੈ ਲਾਲ ਪਰਾਂਦੀ ਛਗਣਾ ਦੀ ਠੀਕ ਹੈ ਤੇ ਇਸ ਚੈਪਟਰ ਦੇ ਵਿੱਚੋਂ ਕੁਐਸਚਨ ਇਹ ਵੀ ਬਣ ਜਾਂਦੇ ਨੇ ਕੀ ਪਾਣੀ ਕੀ ਦਾ ਚਿੰਨ ਹੈ ਪਾਣੀ ਕਾ ਦਾ ਚਿੰਨ ਤਾਂ ਪਾਣੀ ਹੈਗਾ ਅਸ਼ੁੱਧਤਾ ਦਾ ਪਾਣੀ ਕੀ ਦਾ ਚਿੰਨ ਹੈ ਪਾਣੀ ਹੈ ਸ਼ੁੱਧਤਾ ਦਾ ਸ਼ੁੱਧਤਾ ਦਾ ਚਿੰਨ ਹੈ ਪਾਣੀ ਤੇ ਬਚਾਓ ਦਾ ਚਿੰਨ ਹੈ ਜਿਹੜੇ ਕਿ ਲੋਹਾ ਲੋਹਾ ਬਚਾਓ ਦਾ ਚਿੰਨ ਹੈ ਠੀਕ ਹੈ ਤੇ ਚੰਗੇ ਸੱਗਣਾ ਦੀ ਸੂਚਕ ਕਿਹੜੀ ਚੀਜ਼ ਹੈ ਉਹ ਹੈ ਦੁੱਬ ਚੰਗੇ ਸੱਗਣਾ ਦੀ ਸੂਚਕ ਹੈ ਦੁੱਬ ਠੀਕ ਹੈ ਤੇ ਜਿਹੜੇ ਕਿ ਰਸਮ ਰਿਵਾਜ ਨਾ ਜੀਵਨ ਨਾਟਕ ਦੀਆਂ ਝਾਕੀਆਂ ਦੇ ਰੰਗਮਚ ਦੇ ਕਿਹੜੇ-ਕਿਹੜੇ ਹੁੰਦੇ ਨੇ ਉਹ ਹੁੰਦੇ ਨੇ ਤਿੰਨ ਜਨਮ ਵਿਆਹ ਤੇ ਮੌਤ ਤੇ ਰਸਮਾਂ ਰਵਾਜ਼ ਪੈਦਾ ਕਿਉਂ ਹੋਏ ਨੇ ਕਿਉਂਕਿ ਦੇਵੀ ਤਾਕਤਾਂ ਨੂੰ ਰਜਾਉਣ ਦੇ ਲਈ ਉਹਨਾਂ ਦੇ ਡਰ ਤੇ ਭੈ ਕਰਕੇ ਤੇ ਬੱਚੇ ਦੇ ਜਨਮ ਤੋਂ ਬਾਅਦ ਕਿਹੜੇ ਦੁਰਸਮਾ ਕੀਤੇ ਜਾਂਦੇ ਨੇ ਬੱਚੇ ਦੇ ਜਨਮ ਤੋਂ ਬਾਅਦ ਗੁਰਤੀ ਤੇ ਉਹਨੂੰ ਬਾਹਰ ਵਧਾਉਣਾ ਗੁਰਤੀ ਤੇ ਬੱਚੇ ਨੂੰ ਬਾਹਰ ਵਧਾਉਣਾ ਤੇ ਬਾਹਰ ਜਿਹੜੇ ਕਿ ਵਧਾਉਣਾ ਉਹ ਜਿਹੜੇ ਕਿ 13ਵੇਂ ਦਿਨ ਕੀਤਾ ਜਾਂਦਾ 13ਵੇਂ ਦਿਨ ਜਨਮ ਤੋਂ 13ਵੇਂ ਦਿਨ ਬਾਅਦ ਤੇ ਛੱਟੀ ਦੀ ਰਸਮ ਛੇਵੇਂ ਦਿਨ ਅੱਗੇ ਹੈ ਆਪਣਾ ਦੇਸ਼ ਕਹਾਣੀ ਕਿਹੜੇ ਕਹਾਣੀਕਾਰ ਦੀ ਰਚਨਾ ਤਾਂ ਆਪਣਾ ਦੇਸ਼ ਕਹਾਣੀ ਕਿਹੜੇ ਕਹਾਣੀਕਾਰ ਦੀ ਰਚਨਾ ਤਾਂ ਆਪਣਾ ਦੇਸ਼ ਕਹਾਣੀ ਹੈਗੀ ਆ ਇਹ ਹੀ ਹੈਗੀ ਆ ਸੰਤੋਖ ਸਿੰਘ ਧੀਰ ਦੀ ਤਾਂ ਇਸ ਦਾ ਰਾਈਟਰ ਆ ਗਿਆ ਸੰਤੋਖ ਸਿੰਘ ਧੀਰ ਆਪਣਾ ਦੇਸ਼ ਕਹਾਣੀ ਹੈਗੀ ਆ ਸੰਤੋਖ ਸਿੰਘ ਧੀਰ ਦੀ ਠੀਕ ਹੈ ਤੇ ਇਸ ਕਹਾਣੀ ਦੇ ਵਿੱਚ ਨਿਰੰਜਨ ਸਿੰਘ ਜਿਹੜਾ ਮੁੱਖ ਪਾਤਰ ਨਿਰੰਜਨ ਸਿੰਘ ਜਿਹੜਾ ਪਹਿਲਾਂ ਪੰਜਾਬ ਦਾ ਪੰਜਾਬ ਦੇ ਵਿੱਚ ਅਧਿਆਪਕ ਸੀ ਬਟ ਉਹ ਫਿਰ ਜਿਹੜੇ ਕਿ ਨੌਕਰੀ ਛੱਡ ਕੇ ਕੈਨੇਡਾ ਦੇ ਵਿੱਚ ਚਲਾ ਜਾਂਦਾ ਤੇ ਉੱਥੇ ਉਹਦੇ ਜਿਹੜੇ ਦੋ ਬੇਟੇ ਸੀ ਹਰਿੰਦਰ ਤੇ ਗੁਰਿੰਦਰ ਜਿਨ੍ਹਾਂ ਦਾ ਉੱਥੇ ਜਿਹੜੇ ਕਿ ਨਾਮ ਚੇਂਜ ਕਰ ਲਿਆ ਸੀ ਉਹਨਾਂ ਨੇ ਹੈਰੀ ਤੇ ਗੈਰੀ ਠੀਕ ਹੈ ਹੈਰੀ ਤੇ ਗੈਰੀ ਨਿਰੰਜਨ ਸਿੰਘ ਦੇ ਬੇਟੇ ਸਨ ਤੇ ਉਹਨਾਂ ਨੂੰ ਉਹ ਪੰਜਾਬ ਦੇ ਵਿੱਚ ਲੈ ਕੇ ਆਇਆ ਸੀ ਠੀਕ ਹੈ ਸੰਤੋਖ ਸਿੰਘ ਧੀਰ ਦੀ ਕਹਾਣੀ ਹੈਗੀ ਆ ਆਪਣਾ ਦੇਸ਼ ਜਿਸ ਦੇ ਵਿੱਚੋਂ ਮੁੱਖ ਪਾਤਰ ਹੈਗਾ ਨਿਰੰਜਨ ਸਿੰਘ ਤੇ ਹੁਣ ਇਸ ਕਹਾਣੀ ਦੇ ਵਿੱਚ ਤਿੰਨੋਂ ਹੀ ਜਿਹੜੇ ਕਿ ਇਹ ਵਿਦੇਸ਼ੀ ਸੀ ਮਤਲਬ ਕਿ ਵਿਦੇਸ਼ ਦੇ ਵਿੱਚ ਰਹਿੰਦੇ ਸੀ ਕਿਉਂਕਿ ਉਹ ਪੰਜਾਬ ਨੂੰ ਛੱਡ ਕੇ ਕੈਨੇਡਾ ਦੇ ਵਿੱਚ ਚਲੇ ਗਏ ਸੀ ਨਿਰੰਜਨ ਸਿੰਘ ਹਰਿੰਦਰ ਸਿੰਘ ਤੇ ਹਰਿੰਦਰ ਤੇ ਗੁਰਿੰਦਰ ਉਹਦੇ ਦੋਨੋਂ ਬੇਟੇ ਸੀ ਨਿਰੰਜਨ ਸਿੰਘ ਦੇ ਅੱਗੇ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾ ਕਪਤਾ ਵਿੱਚ ਕਵੀ ਭਾਈਚਾਰੇ ਬਾਰੇ ਕਿਸ ਕਿਸ ਤੋਂ ਪੁੱਛਦਾ ਹੈ ਸਹੋ ਪੁੱਛਦਾ ਪੜ੍ਹੇ ਲਿਖੇ ਨੌਜਵਾਨ ਤੋਂ ਪੜ੍ਹੇ ਲਿਖੇ ਨੌਜਵਾਨ ਤੋਂ ਪੁਰਾਣੇ ਪੰਜਾਬ ਨੂੰ ਆਵਾਜ਼ਾ ਕਫਤਾ ਵਿੱਚ ਕਵੀ ਜਿਹੜਾ ਕਿ ਇਹ ਕਵੀ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਇਸ ਦੇ ਵਿੱਚ ਭਾਈਚਾਰੇ ਬਾਰੇ ਜਿਹੜੇ ਕਿ ਪੜ੍ਹੇ ਲਿਖੇ ਨੌਜਵਾਨ ਤੋਂ ਪੁੱਛਦਾ ਤੇ ਕਵੀ ਦੇ ਅਨਸਾਰ ਪੁਰਾਣੇ ਪੰਜਾਬ ਵਿੱਚ ਜਿਹੜੇ ਕਿ ਸਸਾਂ ਦੇ ਦਿਲ ਕਹੇ ਜਾਂ ਸੀ ਸਮੁੰਦਰਾਂ ਵਰਗੇ ਠੀਕ ਹੈ ਸਮੁੰਦਰਾਂ ਵਰਗੇ ਤੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਫਤਾ ਦੇ ਵਿੱਚ ਕਿਸ ਚੀਜ਼ ਦਾ ਭਰਪੂਰ ਵਰਣਨ ਕੀਤਾ ਗਿਆ ਹੈ ਪੰਜਾਬੀ ਸੱਭਿਆਚਾਰ ਦਾ ਪੰਜਾਬੀ ਸੱਭਿਆਚਾਰ ਦਾ ਤੇ ਮੈਂ ਤੁਹਾਨੂੰ ਸਾਰੇ ਰਾਈਟਰਸ ਵੀ ਇੱਕ ਵਾਰ ਰਿਕਾਲ ਕਰਾ ਦਨੀ ਆ ਹਨਾ ਯਾਦ ਹੋ ਜਾਂਦੇ ਨੇ ਰਿਵੀਜ਼ਨ ਹੋ ਜਾਂਦੀ ਐ ਟੁਕੜੀ ਜਗ ਤੋਂ ਨਿਆਰੀ ਕਪਤਾ ਹੈਗੇ ਭਾਈ ਵੀਰ ਸਿੰਘ ਦੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਹੈਗੇ ਆ ਕਪਤਾ ਪ੍ਰੋਫੈਸਰ ਪੂਰਨ ਸਿੰਘ ਦੀ ਵਗਦੇ ਪਾਣੀ ਕਪਤਾ ਹੈਗੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਤਾਜ ਮਹਿਲ ਕਪਤਾ ਹੈਗੇ ਪ੍ਰੋਫੈਸਰ ਮੋਹਨ ਸਿੰਘ ਦੀ ਚਮਚਮ ਰੱਖੋ ਹੈਗੀ ਕਪਤਾ ਨੰਦਲਾਨ ਨੂਰਪੁਰੀ ਦੀ ਚਮਚਮ ਰੱਖੋ ਕਲਗੀ ਜੁਝਾਰ ਦੀ ਤੇ ਤੁਹਾਡੇ ਜਿਹੜੇ ਕਿ ਕਹਾਣੀਆਂ ਹੈਗੀਆਂ ਨੇ ਸਾਂਝ ਕਹਾਣੀ ਸੁਜਾਨ ਸਿੰਘ ਦੀ ਐ ਤੇ ਨੀਲੀ ਕਹਾਣੀ ਜਿਹੜੀ ਕਿ ਗਾਂ ਦੀ ਸੀ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਐ ਤੇ ਆਪਣਾ ਦੇਸ਼ ਹੈਗਾ ਸੰਤੋਖ ਸਿੰਘ ਧੀਰ ਦੀ ਤੇ ਚੈਪਟਰ ਪੰਜਾਬੀ ਸੱਭਿਆਚਾਰ ਡਾਕਟਰ ਵਰਿੰਦਰ ਕੌਰ ਦਾ ਤੇ ਪੰਜਾਬ ਦੇ ਮੇਲੇ ਤੇ ਤਿਹਾੜਾ ਡਾਕਟਰ ਐਸ ਐਸ ਬੁੰਜਾਰਾ ਵੇਦ ਦੀ ਪੰਜਾਬ ਦੇ ਰਸਮਾਂ ਰਿਵਾਜ ਗੁਲਜਾਰ ਸਿੰਘ ਸੰਧੂ ਪੰਜਾਬ ਦੇ ਲੋਕ ਖੇਡਾਂ ਹੈਗਾ ਸੁਖਦੇਵ ਮਾਦਪੁਰ ਅਗਲਾ ਕੁਐਸਚਨ 5ਵਾਂ ਵਾਕ ਤੋਂ ਕੀ ਭਾਵ ਹੈ ਵਾਕ ਭਾਸ਼ਾ ਦੀ ਭਾਸ਼ਾ ਦੀ ਸਭ ਤੋਂ ਵੱਡੀ ਕਾਈ ਹੁੰਦੀ ਹੈ ਵਾਕ ਆ ਜਿਹੜੀ ਕਿ ਭਾਸ਼ਾ ਦੀ ਸਭ ਤੋਂ ਵੱਡੀ ਕਾਈ ਹੈ ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਕਾਈ ਮੰਨਿਆ ਜਾਂਦਾ ਤੇ ਵਾਕ ਆ ਜਿਹੜੇ ਕਿ ਸਧਾਰਨ ਵੰਤਰ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਨੇ ਤਿੰਨ ਵੰਤਰ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਤਿੰਨ ਪਹਿਲੀ ਸਧਾਰਨ ਦੂਜੀ ਸੰਯੁਕਤ ਥਰਡ ਮਿਸ਼ਰਤ ਸਧਾਰਨ ਸੰਯੁਕਤ ਮਿਸ਼ਰਤ ਤੇ ਕਾਰਜ ਦੇ ਆਧਾਰ ਤੇ ਆਪਾਂ ਵਾਕ ਦੀ ਅੱਗੇ ਕਿਸਮਾਂ ਵੰਡ ਸਕਦੇ ਹਾਂ ਵਿਅਨਿਆ ਵਾਕ ਠੀਕ ਹੈ ਵਿਅਨਿਵਾਚ ਦੇ ਵਿੱਚ ਆ ਜਾਂਦਾ ਹਾਂ ਵਾਚਕ ਨਾ ਵਾਚਕ ਵਿਅਨਿਵਾਚ ਵਿਅਨਿਵਾਕ ਪ੍ਰਸ਼ਨਵਾਚਕ ਬੀਸਮੇ ਵਾਚਕ ਆਗਿਆਵਾਚਕ ਦੇ ਵਿੱਚ ਇਹ ਹੁਕਮ ਵਾਚਕ ਆ ਜਾਂਦਾ ਤੇ ਇੱਛਾ ਵਾਚਕ ਮਤਲਬ ਕਿ ਕਾਰਜ ਦੇ ਆਧਾਰ ਤੇ ਪੰਜ ਕਿਸਮਾਂ ਹੋ ਗਈਆਂ ਤੇ ਵੰਤਰ ਦੇ ਆਧਾਰ ਤੇ ਹੋ ਗਈਆਂ ਤਿੰਨ ਠੀਕ ਹੈ ਤੇ ਵਾਕ ਆ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਿਕ ਇਕਾਈ ਹੁੰਦੀ ਹੈ ਤੇ ਭਾਸ਼ਾ ਦੀ ਛੋਟੀ ਇਕਾਈ ਕਿਹੜੀ ਹੁੰਦੀ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਹੈ ਧੁਨੀ ਠੀਕ ਹੈ ਧੁਨੀ 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 ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਧੁਨੀਆਂ ਦੇ ਮੇਲ ਤੋਂ ਧੁਨੀਆਂ ਦੇ ਮੇਲ ਤੋਂ ਜਿਹੜੇ ਕੀ ਸ਼ਬਦ ਬਣਦਾ ਹੈ ਸ਼ਬਦਾਂ ਦੇ ਮੇਲ ਤੋਂ ਜਿਹੜੇ ਕੀ ਸ਼ਬਦਾਂ ਦੇ ਮੇਲ ਤੋਂ ਵਾਕਾਂਸ਼ ਬਣਦਾ ਵਾਕਾਂਸ਼ਾਂ ਦੇ ਮੇਲ ਤੋਂ ਉਪਵਾਕ ਬਣਦਾ ਉਪਵਾਕਾਂ ਦੇ ਮੇਲ ਤੋਂ ਵਾਕ ਬਣਦਾ ਠੀਕ ਹੈ ਸਭ ਤੋਂ ਪਹਿਲਾਂ ਧੁਨੀ ਧੁਨੀਆਂ ਤੋਂ ਸ਼ਬਦ ਸ਼ਬਦਾਂ ਤੋਂ ਵਾਕਾਂਸ਼ ਵਾਕਾਂਸ਼ੋਂ ਤੋਂ ਉਪਵਾਕ ਤੇ ਉਪਵਾਕਾਂ ਤੋਂਗੇ ਵਾਕ ਬਣਦਾ ਅਗਲਾ ਹੈ ਸਹੀ ਗਤ ਤਾਜ ਮਹਿਲ ਕਪਤਾ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਤਾਂ ਆਪਾਂ ਨੇ ਹੁਣੇ ਡਿਸਕਸ ਕੀਤਾ ਕਿ ਤਾਜ ਮਹਿਲ ਕਿਹੜੇ ਸਾਰੇ ਰਾਈਟਰ ਦੱਸੇ ਨੇ ਤਾਂ ਤਾਜ ਮਹਿਲ ਕਪਤਾ ਹੈਗੀ ਆ ਪ੍ਰੋਫੈਸਰ ਮੋਹਨ ਸਿੰਘ ਦੀ ਇੱਥੇ ਲਿਖਿਆ ਹੋਇਆ ਪੂਰਨ ਸਿੰਘ ਜਿਸ ਕਰਕੇ ਇਹ ਫਾਲਸ ਹੈ ਤੇ ਤਾਜ ਮਹਿਲ ਕਪਤਾ ਜਿਹੜੀ ਕਿ ਇਹਦੇ ਨਾਲ ਹੋਰ ਵੀ ਤੁਹਾਨੂੰ ਗੱਲਾਂ ਦੱਸ ਦਈਏ ਮੈਂ ਤਾਜ ਮਹਿਲ ਕਪਤਾ ਪ੍ਰੋਫੈਸਰ ਪੂਰਨ ਸਿੰਘ ਦੀ ਪ੍ਰਗਤੀਵਾਦੀ ਕਪਤਾ ਤਾਜ ਮਹਿਲ ਕਪਤਾ ਪ੍ਰਗਤੀਵਾਦੀ ਕਪਤਾ ਇਸ ਕਪਤਾ ਦੇ ਵਿੱਚ ਜਿਹੜੇ ਕਿ ਕਵੀ ਨੇ ਦੱਸਿਆ ਕਿ ਤਾਜ ਮਹਿਲ ਸਧਾਰਨ ਨਜ਼ਰ ਨੂੰ ਤਾਂ ਬਹੁਤ ਸੋਹਣਾ ਲੱਗਦਾ ਪਰ ਅਸਲ ਦੇ ਵਿੱਚ ਜਿਹੜੀ ਇਹਦੀ ਉਸਾਰੀ ਦੇ ਵਿੱਚ ਲੱਖਾਂ ਰੋਂਦੇ ਕੋਰ ਲਾਉਂਦੇ ਮਜ਼ਦੂਰਾਂ ਤੇ ਮਜ਼ਦੂਰੀਆਂ ਤੋਂ ਮਜ਼ਦੂਰੀਆਂ ਤੋਂ ਜ਼ਬਰਦਸਤੀ ਜਿਹੜੇ ਕਿ ਕੰਮ ਕਰਵਾਇਆ ਗਿਆ ਜਿਸ ਕਰਕੇ ਇਹ ਜੋ ਹੁਸਨ ਨੂੰ ਆਪਾਂ ਸੱਚਮੁੱਚ ਦਾ ਹੁਸਨ ਨਹੀਂ ਕਹਿ ਸਕਦੇ ਸਗੋਂ ਇੱਕ ਧੋਖਾ ਕਹਿੰਦੇ ਆ ਤੇ ਇਹ ਪ੍ਰਗਤੀਵਾਦੀ ਕਪਤਾ ਤੇ ਤਾਜ ਮਹਿਲ ਜਿਹੜੇ ਕਿ ਮੁਗਲ ਸਮਰਾਟ ਸ਼ਾਹਜਹਾਂ ਸ਼ਾਹਜਹਾਂ ਦੇ ਜਿਹੜੇ ਕਿ ਉਹਨੇ ਬਣਵਾਏ ਸੀ ਸ਼ਾਹਜਹਾਨੀ ਇਸ ਮੁਗਲ ਸਮਰਾਟ ਦੀ ਸਿਫਤਾਂ ਕਰਦਾ ਕਵੀ ਸ਼ਾਹ ਜਹਾਂ ਦੀ ਤਾਜਮਹਿਲ ਨੂੰ ਦੇਖ ਕੇ ਠੀਕ ਹੈ ਤੇ ਤਾਜਮਹਿਲ ਕਪਤਾ ਦੇ ਵਿੱਚ ਕਵੀ ਦੀ ਹਮਦਰਦੀ ਕਿਸ ਧਿਰ ਦੇ ਨਾਲ ਕਵੀ ਦੀ ਹਮਦਰਦੀ ਹੈਗੇ ਸ਼ੋਸ਼ੀਤ ਧਿਰ ਦੇ ਨਾਲ ਕਵੀ ਦੀ ਹਮਦਰਦੀ ਹੈਗੀਆ ਸ਼ੋਸ਼ੀਤ ਧਿਰ ਸ਼ੋਸ਼ੀਤ ਧਿਰ ਮਤਲਬ ਕੀ ਮਜ਼ਦੂਰ ਠੀਕ ਹੈ ਸ਼ੋਸ਼ੀਤ ਧਿਰ ਹੋਗੇ ਮਜ਼ਦੂਰ ਸ਼ਾਸਕ ਧਿਰ ਹੋਗੇ ਜਿਹੜਾ ਉਹਨਾਂ ਤੇ ਸ਼ੋਸ਼ਣ ਕਰ ਰਿਹਾ ਠੀਕ ਹੈ ਤਾਂ ਸ਼ੋਸ਼ੀ ਤਿਰ ਕੀ ਹੋ ਗਿਆ ਮਜ਼ਦੂਰ ਕਵੀ ਦੀ ਹਮਦਰਦੀ ਇਹਨਾਂ ਨਾਲ ਠੀਕ ਹੈ ਕੁਐਸਚਨ ਨੰਬਰ 7 ਸੁੱਤੇ ਪਾਣੀ ਦੇ ਵਿੱਚ ਤਾਜ ਮਹਿਲ ਦਾ ਪਰਛਾਵਾਂ ਨਹੀਂ ਸੁੱਤਾ ਤੇ ਸਹੀ ਜਾਂ ਗਲਤ ਤੇ ਇਹ ਵੀ ਰੋਂਗ ਹੈ ਕਿਉਂਕਿ ਇੱਥੇ ਲਿਖਿਆ ਹੋਇਆ ਨਹੀਂ ਸੁੱਤਾ ਜਦਕਿ ਕਪਤਾ ਦੇ ਵਿੱਚ ਦੱਸਿਆ ਹੋਇਆ ਕਿ ਤਾਜ ਮਹਿਲ ਹੈ ਜਿਹੜੇ ਕਿ ਸੁੱਤੇ ਪਾਣੀ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ ਜਾਣੋ ਜਮਨਾ ਹਰਨ ਵਾਸਤੇ ਬੁੱਕਲ ਦੇ ਵਿੱਚ ਲੁਕਾਇਆ ਠੀਕ ਹੈ ਤਾਂ ਉਦੇ ਵਿੱਚ ਦੱਸਿਆ ਹੋਇਆ ਹੈ ਕਿ ਤਾਜ ਮਹਿਲ ਜਿਹੜਾ ਕਿ ਜਮੁਨਾ ਦੇ ਸੁੱਤੇ ਪਾਣੀਆਂ ਦੇ ਵਿੱਚ ਤਾਜ ਮਹਿਲ ਦਾ ਜਿਹੜਾ ਕਿ ਪਰਸ਼ਾਵਾ ਉਹਦਾ ਸੁੱਤਾ ਪਿਆ ਸੀ ਠੀਕ ਹੈ ਤੇ ਇੱਥੇ ਲਿਖਿਆ ਹੋਇਆ ਹੈ ਨਹੀਂ ਜਿਸ ਕਰਕੇ ਇਹ ਫਾਲਸ ਹੈ ਗਲਤ ਹੈ ਤੇ ਜਿਹੜੇ ਕਿ ਤਾਜ ਮਹਿਲ ਹੈ ਜਮੁਨਾ ਦੇ ਕੰਡੇ ਤੇ ਅਗਲਾ ਹੈ ਆਪਣਾ ਕੁਐਸਚਨ ਸਾਂਝ ਕਹਾਣੀ ਦਾ ਮੁੱਖ ਪਾਤਰ ਲਾਲ ਚੀਰੇ ਵਾਲਾ ਹੈ ਤਾਂ ਇਹ ਸਹੀ ਜਾਂ ਗਲਤ ਤਾਂ ਇਹ ਵੀ ਗਲਤ ਹੈ ਕਿਉਂਕਿ ਸਾਂਝ ਕਹਾਣੀ ਦਾ ਪਾਤਰ ਮੁੱਖ ਪਾਤਰ ਲਾਲ ਚੀਰੇ ਵਾਲਾ ਨਹੀਂ ਹੈ ਮੁੱਖ ਪਾਤਰ ਦੀ ਗੱਲ ਕਰ ਰਹੇ ਆ ਵੈਸੇ ਤਾਂ ਜਿਹੜੀ ਕਿ ਸਾਂਝ ਕਹਾਣੀ ਦੇ ਵਿੱਚ ਲਾਲ ਚੀਲੇ ਲਾਲ ਚੀਰੇ ਵਾਲਾ ਬੁੱਢੀ ਮਾਈ ਪ੍ਰੋਫੈਸਰ ਐਮ ਐਲ ਮਲਹੋਤਰਾ ਇਹ ਪਾਤਰ ਨੇ ਬਟ ਇੱਥੇ ਪੁੱਛਿਆ ਜਾ ਰਿਹਾ ਮੁੱਖ ਪਾਤਰ ਤਾਂ ਮੁੱਖ ਪਾਤਰ ਹੈਗਾ ਇਸ ਦੇ ਵਿੱਚ ਪ੍ਰੋਫੈਸਰ ਐਮ ਐਲ ਮਲਹੋਤਰਾ ਐਮ ਐਲ ਮਲਹੋਤਰਾ ਇਹ ਹੈ ਸਾਂਝ ਕਹਾਣੀ ਚ ਮੁੱਖ ਪਾਤਰ ਠੀਕ ਹੈ ਤੇ ਐਸੇ ਰਸੇ ਅਸੀਂ ਲਾਲਚੀਰੇ ਲਾਲਚੀਰੇ ਵਾਲਾ ਜਿਸ ਕਰਕੇ ਇਹ ਗਲਤ ਹੈ ਸਾਂਝ ਕਹਾਣੀ ਦਾ ਮੁੱਖ ਪਾਤਰ ਹੈਗਾ ਪ੍ਰੋਫੈਸਰ ਐਮ ਐਲ ਮਲਹੋਤਰਾ ਤੇ ਨੀਲੀ ਕਹਾਣੀ ਮੈਂ ਨੀਲੀ ਕਹਾਣੀ ਦਾ ਵੀ ਦੱਸ ਦਣੀ ਨੀਲੀ ਕਹਾਣੀ ਦਾ ਮੁੱਖ ਪਾਤਰ ਹੈਗਾ ਨੀਲੀ ਗਾਂ ਠੀਕ ਹੈ ਨੀਲੀ ਗਾਂ ਇਸ ਕਹਾਣੀ ਦੇ ਵਿੱਚ ਮੁੱਖ ਪਾਤਰ ਤੇ ਗਵਾਲਾ ਸੀ ਵਪਾਰਕ ਰੁਚੀ ਵਾਲਾ ਲਾਲਚੀ ਸੀ ਗਵਾਲਾ ਠੀਕ ਹੈ ਤੇ ਆਪਣਾ ਦੇਸ਼ ਕਹਾਣੀ ਦੇ ਵਿੱਚ ਮੁੱਖ ਪਾਤਰ ਹੈ ਆਪਣਾ ਦੇਸ਼ ਕਹਾਣੀ ਦੇ ਵਿੱਚ ਮੁੱਖ ਪਾਤਰ ਹੈ ਨਿਰੰਜਨ ਸਿੰਘ ਨਿਰੰਜਨ ਸਿੰਘ ਇਸ ਦੇ ਵਿੱਚ ਹੋਰ ਪਾਤਰ ਨਿਰੰਜਨ ਸਿੰਘ ਜਿਹੜੀ ਕਹਾਣੀ ਆਪਣਾ ਦੇਸ਼ ਦੇ ਵਿੱਚੋਂ ਨਿਰੰਜਨ ਸਿੰਘ ਹਰਿੰਦਰ ਤੇ ਗੁਰਿੰਦਰ ਉਹਦੇ ਦੋਨੋਂ ਬੇਟੇ ਤੇ ਇਹਦਾ ਦੋਸਤ ਠੀਕ ਹੈ ਇਹ ਨੇ ਮੇਜ਼ਬਾਨ ਇਹ ਆਪਣਾ ਦੇਸ਼ ਕਹਾਣੀ ਦੇ ਹੋਰ ਪਾਤਰ ਨੇ ਬਟ ਮੁੱਖ ਪਾਤਰ ਨਿਰੰਜਨ ਸਿੰਘਾਂ ਨੀਲੀ ਕਹਾਣੀ ਦੇ ਵਿੱਚ ਮੁੱਖ ਪਾਤਰ ਹੈਗੇ ਨੀਲੀ ਗਾਂ ਤੇ ਇਸ ਤੋਂ ਇਲਾਵਾ ਨੀਲੀ ਕਹਾਣੀ ਦੇ ਵਿੱਚੋਂ ਪਾਤਰ ਹੈਗੇ ਨੇ ਕਥਾਵਾਚਕ ਕਹਾਣੀਕਾਰ ਕਹਾਣੀਕਾਰ ਦੇ ਘਰ ਵਾਲੀ ਠੀਕ ਹੈ ਤ੍ਰਿਮਤ ਤੇ ਗਵਾਲਾ ਅਗਲਾ ਕੁਐਸਚਨ ਹੈ ਆਪਣਾ ਪੰਜਾਬ ਵਿੱਚ ਨਵਾਂ ਸੰਮਤ ਪਹਿਲੀ ਜਨਵਰੀ ਤੋਂ ਸ਼ੁਰੂ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਨਵਾਂ ਸੰਮਤ ਕਹਿੰਦੇ ਪਹਿਲੀ ਜਨਵਰੀ ਤੋਂ ਸ਼ੁਰੂ ਹੁੰਦਾ ਤਾਂ ਇਹ ਵੀ ਫਾਲਸ ਹੈ ਕਿਉਂਕਿ ਪੰਜਾਬ ਦੇ ਵਿੱਚ ਨਵਾਂ ਸੰਮਤ ਸ਼ੁਰੂ ਹੁੰਦਾ ਚੇਤ ਨੂੰ ਚੇਤਰ ਚੇਤਰ ਮੀਨਸ ਚੇਤ ਮਹੀਨੇ ਦੀ ਜਾਂ ਚੇਤਰ ਜਾਂ ਚੇਤ ਮਹੀਨੇ ਦੀ 1 ਕ ਨੂੰ ਇਕਮ ਨੂੰ ਜਿਹੜੇ ਕੀ ਹੁੰਦਾ ਨਮਾ ਸਮਤ ਤੇ ਇਸ 23 ਦਾ ਨਮਾ ਸਮਤ ਵਾਲੇ ਦਿਨ ਜਿਹੜੇ ਕੀ ਲੋਕ ਅ ਅੰਨ ਨਮਾ ਕਰਨਾ ਇੱਕ ਰੀਤ ਹੁੰਦੀ ਆ ਜਿਦੇ ਵਿੱਚ ਕਣਕ ਦੀਆਂ ਬੱਲੀਆਂ ਤੇ ਛੋਲੇ ਦੇ ਹੋਲਣਾ ਭੁੰਨ ਕੇ ਖਾਦੇ ਆਂਦੇ ਨੇ ਤੇ ਇਸ ਰੀਤ ਨੂੰ ਕਹਿੰਦੇ ਨੇ ਅੰਨ ਨਮਾ ਕਰਨਾ ਤੇ ਚੇਤਰ ਸੁਦੀ 8ਵੀਂ ਨੂੰ ਚੇਤਰ ਸੁਦੀ 8ਵੀਂ ਨੂੰ ਦੇਵੀ ਦੇ ਉਪਾਸਕ ਜਿਹੜੇ ਕੀ ਕੰਜਕਾਂ ਕੰਜਕਾਂ ਨੂੰ ਪੂਜਦੇ ਨੇ ਠੀਕ ਹੈ ਜਿਸ ਦਿਨ ਕੁਮਾਰੀਆ ਕੁੜੀਆਂ ਨੂੰ ਜਿਹੜੇ ਕੀ ਖਾਣਾ ਖਵਾਇਆ ਜਾਂਦਾ ਕੰਜਕਾਂ ਪੂਜਿਆ ਜਾਂਦੇ ਨੇ ਉਹ ਚੇਤਰ ਸੁਦੀ 8ਵੀਂ ਨੂੰ ਇਹ ਮੈਂ ਤੁਹਾਨੂੰ ਥੋੜੇ ਹੋਰ ਕੁਐਸਚਨ ਤੁਹਾਨੂੰ ਦੱਸ ਰਹੀਆਂ ਤੇ ਚੇਤਰ ਸੁਦੀ 9 ਨੂੰ ਚੇਤਰ ਸੁਦੀ 9 ਨੂੰ RAM ਨੌਮੀ ਹੁੰਦੀ ਹੈ ਚੇਤਰ ਸੁਦੀ 9 ਨੂੰ RAM ਨੌਮੀ ਹੁੰਦੀ ਹੈ ਤੇ ਭਾਦੋਂ ਦੇ ਮਹੀਨੇ ਗੂਗਾਂ ਨੌਮੀ ਦਾ ਜਿਹੜੇ ਕੀ ਤਿਹਾਰ ਆਉਂਦਾ ਭਾਦੋਂ ਦੇ ਮਹੀਨੇ ਤੇ ਛਪਾਰ ਦਾ ਮੇਲਾ ਠੀਕ ਹੈ ਛਪਾਰ ਦਾ ਮੇਲਾ ਕਦੋਂ ਲੱਗਦਾ ਛਪਾਰ ਦਾ ਮੇਲਾ ਭਾਦੋਂ ਸੁਦੀ 14 ਨੂੰ ਲੱਗਦਾ ਭਾਦਰੋਂ ਸੁਦੀ ਤੇ ਇਸ ਕੁ ਸੁਦੀ ਵਧੀ ਵੀ ਯਾਦ ਰੱਖਣਾ ਭਾਦੋ ਸੁਦੀ 14 ਨੂੰ ਲੱਗਦਾ ਛਪਾਰ ਦਾ ਮੇਲਾ ਠੀਕ ਹੈ ਭਾਦਰੋਂ ਸੁਦੀ 14 ਨੂੰ ਲੱਗਦਾ ਛਪਾਰ ਦਾ ਮੇਲਾ ਤੇ ਇਸ ਤੇ ਵੀ ਕੁਐਸਚਨ ਆਉਂਦਾ ਹੁੰਦਾ ਕਿ ਛਪਾਰ ਦਾ ਮੇਲਾ ਕਿਸ ਦੀ ਯਾਦ ਦੇ ਵਿੱਚ ਜਾਂ ਕਿਸ ਦੀ ਸਿਮਰਤੀ ਦੇ ਵਿੱਚ ਲੱਗਦਾ ਤਾਂ ਛਪਾਰ ਦਾ ਮੇਲਾ ਗੁੱਗੇ ਦੀ ਯਾਦ ਦੇ ਵਿੱਚ ਲੱਗਦਾ ਗੁੱਗੇ ਦੀ ਯਾਦ ਦੇ ਵਿੱਚ ਗੁੱਗੇ ਦੀ ਯਾਦ ਦੇ ਵਿੱਚ ਛਪਾਰ ਪਿੰਡ ਦੇ ਵਿੱਚ ਗੁੱਗੇ ਦੀ ਯਾਦ ਦੇ ਵਿੱਚ ਗੁੱਗੇ ਦੀ ਸਿਮਰਤੀ ਦੇ ਵਿੱਚ ਜਾਂ ਜਾਤ ਦੇ ਵਿੱਚ ਛਪਾਰ ਪਿੰਡ ਦੇ ਵਿੱਚ ਲੁਧਿਆਣੇ ਲੁਧਿਆਣੇ ਦੇ ਪਿੰਡ ਛਪਾਰ ਦੇ ਵਿੱਚ ਲੱਗਦਾ ਭਾਦੋਸੂਦੀ 14ਵੇਂ ਠੀਕ ਹੈ ਤੇ ਫੱਗਣ ਦੇ ਵਿੱਚ ਕਿਹੜਾ ਕਿਹੜਾ ਤਿਹਾਰਾ ਹੁੰਦਾ ਨੇ ਫੱਗਣ ਦੇ ਵਿੱਚ ਹੌਲੀ ਹੌਲਾ ਮਹੱਲਾ ਤੇ ਸਾਵਣ ਦੇ ਵਿੱਚ ਤੀਆਂ ਤੀਜ ਨੂੰ ਤੇ ਸਾਵਣ ਦੇ ਵਿੱਚ ਪੂਰਨਮਾਸ਼ੀ ਵਾਲੇ ਦਿਨ ਰਖੜੀ ਦਾ ਤਿਹਾਰਾ ਹੁੰਦਾ ਤੇ ਪੋ ਦੀ ਆਖਰੀ ਇਹ ਜਿਹੜੀ ਕਿ ਪੋ ਦੇ ਆਖਰੀ ਦਿਨ ਹੁੰਦੀ ਆ ਲੋਹੜੀ ਠੀਕ ਹੈ ਤੇ ਪੋਤੋਂ ਅਗਲੇ ਦਿਨ ਹੁੰਦੀ ਆ ਮਾਗੀ ਜਿਹਨੂੰ ਮਕਰ ਸ੍ਰਾਂਤੀ ਕਹਿੰਦੇ ਨੇ ਮਾਗਦੀ ਸੰਗਰਾਮ ਮਕਰ ਸ੍ਰਾਂਤੀ ਤੇ ਮਾਗੀ ਵਾਲੇ ਦਿਨ ਜਿਹੜੇ ਕਿ ਮੁਕਤਸਰ ਦੇ ਵਿੱਚ ਬਹੁਤ ਭਾਰੀ ਜਿਹੜੇ ਕਿ ਉਤਸ਼ਾਹ ਹੁੰਦਾ ਮੇਲਾ ਹੁੰਦਾ ਉੱਥੇ ਕਿਉਂਕਿ ਇਹ ਜਿਹੜੇ ਕਿ ਜਿਹੜੇ 40 ਸਿੱਖ ਸੀ ਜਿਨ੍ਹਾਂ ਨੇ ਜਿਹੜੇ ਕਿ ਖਦਰਾਨੇ ਦੀ ਢਾਬ ਦੇ ਵਿੱਚ ਸ਼ਹਾਦਤ ਦਿੱਤੀ ਸੀ ਉਹਨਾਂ ਦੀ ਯਾਦ ਦੇ ਵਿੱਚ ਖਦਰਾਨੇ ਦਾ ਨਾਮ ਮੁਕਤਸਰ ਪੈ ਗਿਆ ਸੀ ਮੱਗੀ ਵਾਲੇ ਦੀਨਾਂ ਜਿਹੜੇ ਕਿ ਸੰਗਤਾਂ ਉੱਥੇ ਹਮੋ ਹਮਾ ਕੇ ਪਹੁੰਚਦਿਆਂ ਨੇ ਤੇ ਮੁਕਤਸਰ ਦੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਤੇ ਕੱਤਕ ਦੀ ਮੱਸੀਆਂ ਨੂੰ ਮਨਾਈ ਜਾਂਦੀ ਹੈ ਦੀਵਾਲੀ ਤੇ ਕੱਤਕ ਦੀ ਪੂਰਨਮਾਸੀ ਨੂੰ ਗੁਰੂਪੁਰਬ ਤੇ ਇੱਕ ਆਉਂਦਾ ਹੁੰਦਾ ਕੁਐਸਚਨ ਜਰਗ ਦਾ ਮੇਲਾ ਕਿੱਥੇ ਤੇ ਕਿਸ ਨੂੰ ਪਤੇਉਣ ਲਈ ਲੱਗਦਾ ਤਾਂ ਜਰਗ ਦਾ ਮੇਲਾ ਜਰਗ ਪਿੰਡ ਦੇ ਵਿੱਚ ਸੀਤਲਾ ਮਾਤਾ ਦੇਵੀ ਨੂੰ ਪਤੇਉਂਦੇ ਨੇ ਜਰਗ ਦਾ ਮੇਲਾ ਜਰਗ ਪਿੰਡ ਦੇ ਵਿੱਚ ਸੀਤਲਾ ਮਾਤਾ ਦੇਵੀ ਨੂੰ ਪਤੇਉਣ ਦੇ ਲਈ ਲੱਗਦਾ ਠੀਕ ਹੈ ਤੇ ਜਰਗ ਦੇ ਮੇਲੇ ਦੇ ਵਿੱਚ ਗੁਲਗਲੇ ਜਿਹੜੇ ਕਿ ਪਕਾਏ ਜਾਂਦੇ ਨੇ ਇੱਕ ਦਿਨ ਪਹਿਲਾਂ ਜਿਹੜੇ ਕਿ ਪਕਾ ਕੇ ਰੱਖੇ ਜਾਂਦੇ ਨੇ ਫਿਰ ਦੂਜੇ ਦਿਨ ਉਹਨਾਂ ਦਾ ਮੱਥਾ ਟੇਕਿਆ ਜਾਂਦਾ ਜਿਸ ਕਰਕੇ ਇਸ ਮੇਲੇ ਨੂੰ ਜਰਗ ਦੇ ਮੇਲੇ ਨੂੰ ਬਹਿੜੀਏ ਦਾ ਮੇਲਾ ਵੀ ਕਹਿੰਦੇ ਨੇ ਭਾਵੇਂ ਕਿ ਬਹੇ ਹੋਏ ਗੁਲਗਲੇ ਠੀਕ ਹੈ ਬਹਿੜੀਏ ਦਾ ਮੇਲਾ ਤੇ ਸੀਤਲਾ ਦੇਵੀ ਦਾ ਜਿਹੜੇ ਕਿ ਵਾਹਨ ਮੰਨਿਆ ਜਾਂਦਾ ਖੋਤੇ ਨੂੰ ਠੀਕ ਹੈ ਤੇ ਜਰਗ ਦੇ ਮੇਲੇ ਦੇ ਵਿੱਚ ਗੁਲਗਲੇ ਖੋਤਿਆਂ ਨੂੰ ਖਵਾਏ ਜਾਂਦੇ ਨੇ ਇਖੋਂ ਦਾ ਜਗਰਾਵਾਂ ਦੇ ਰੌਸ਼ਨੀ ਦਾ ਮੇਲਾ ਲੱਗਦਾ ਫੱਗਣ ਦੇ ਵਿੱਚ ਤੇ ਇਹ ਪੰਜਾਬ ਜਿਉਂਦਾ ਹੀ ਗੁਰੂਆਂ ਦੇ ਨਾਂ ਤੇ ਆ ਇਹ ਕਿਸ ਨੇ ਕਹਿਆ ਸੀ ਇਹ ਕਹੇ ਸੀ ਪ੍ਰੋਫੈਸਰ ਪੂਰਨ ਸਿੰਘ ਨੇ ਤੇ ਮੌਤ ਨੂੰ ਕਰਨ ਮਖੋਲਾ ਪੰਜਾਬੀ ਠੀਕ ਹੈ ਇਹ ਵੀ ਕਹਿਆ ਸੀ ਪ੍ਰੋਫੈਸਰ ਪੂਰਨ ਸਿੰਘ ਨੇ ਅਗਲਾ ਕੁਐਸਚਨ ਹੈ ਆਪਣਾ ਕੁਐਸਚਨ ਨੰਬਰ 10 ਪੰਜਾਬ ਦਾ ਇਹ ਨਾਮ ਮੁਸਲਮਾਨਾਂ ਦੇ ਰਾਜ ਦੇ ਵਿੱਚ ਪਿਆ ਤਾਂ ਸਹੀ ਜਾਂ ਗਲਤ ਤਾਂ ਇਹ ਹੈਗਾ ਟ੍ਰੂ ਠੀਕ ਹੈ ਇਹ ਸਹੀ ਹੈ ਇਹ ਸਹੀ ਆ ਕਿਉਂਕਿ ਪੰਜਾਬ ਦਾ ਨਾਮ ਜਿਹੜੇ ਕਿ ਮੁਸਲਮਾਨਾਂ ਦੇ ਰਾਜ ਦੇ ਵਿੱਚ ਪਿਆ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ 29 ਮਾਰਚ 1849 ਸੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ 1947 ਸੀ ਦੇ ਵਿੱਚ ਜਿਹੜੀ ਕਿ ਵੰਡ ਹੋਈ ਜਿਸ ਦੇ ਨਾਲ ਪੂਰਬੀ ਪੰਜਾਬ ਭਾਰਤ ਦੇ ਵਿੱਚ ਰਹਿ ਤਾ ਪੱਛਮੀ ਪੰਜਾਬ ਪਾਕਿਸਤਾਨ ਦੇ ਵਿੱਚ ਚਲਾ ਗਿਆ ਤੇ 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਜਿਹੜੀ ਕਿ ਪੰਜਾਬ ਦੀ ਵੰਡ ਹੋਈ ਪੰਜਾਬ ਹਰਿਆਣਾ ਤੇ ਹਿਮਾਚਲ ਤੇ ਪੰਜਾਬ ਨੂੰ ਜਿਹੜੀ ਕਿ ਸੂਰਮੇ ਦੀ ਕੌਮ ਕਿਹਾ ਜਾਂਦਾ ਤੇ ਇਹਦੇ ਵਿੱਚ ਪੰਜਾਬੀ ਸੱਭਿਆਚਾਰ ਠੀਕ ਹੈ ਸੱਭਿਆਚਾਰ ਤੋਂ ਕੀ ਭਾਵ ਆ ਕਿਸੇ ਖਾਸ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ ਜਾਚ ਨੂੰ ਕਿਹਾ ਜਾਂਦਾ ਜਿਹੜਾ ਕਿ ਸੱਭਿਆਚਾਰ ਤੇ ਸੱਭਿਆਚਾਰ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਸੱਭਿਆ ਤੇ ਆਚਾਰ ਸੱਭਿਆ ਤੇ ਆਚਾਰੇ ਵੈਰੀ ਵੈਰੀ ਇੰਪੋਰਟੈਂਟ ਕੁਐਸਚਨਸ ਨੇ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰ ਕਰਨੀਆਂ ਕੀ ਸੱਭਿਆ ਤੇ ਆਚਾਰ ਤੋਂ ਜਿਹੜੇ ਕਿ ਸੱਭਿਆਚਾਰ ਸ਼ਬਦ ਬਣਿਆ ਤੇ ਇਹਨਾਂ ਦਾ ਅਰਥ ਕੀ ਹੈ ਸੱਭਿਆ ਦਾ ਅਰਥ ਕੀ ਹੈ ਤੇ ਆਚਾਰ ਦਾ ਅਰਥ ਕੀ ਹੈ ਤਾਂ ਸੱਭਿਆ ਦਾ ਅਰਥ ਹੈਗਾ ਨਿਯਮਵੱਧਤਾ ਠੀਕ ਹੈ ਆਚਾਰ ਦਾ ਅਰਥ ਹੈਗਾ ਆਚਰਣ ਭਾਵ ਕਿ ਉਹ ਚਰਿੱਤਰ ਜੋ ਜੀਵਨ ਦੇ ਵਿੱਚ ਕਿਸੇ ਨਿਯਮਵੱਧਤਾ ਦਾ ਧਾਰਨੀ ਹੁੰਦਾ ਉਹਨੂੰ ਕਿਹਾ ਜਾਂਦਾ ਸੱਭਿਆਚਾਰ ਤੇ ਇੱਕ ਸੱਭਿਆਚਾਰ ਸ਼ਬਦ ਲਈ ਹਿੰਦੀ ਦੇ ਵਿੱਚ ਸੰਸਕ੍ਰਿਤੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਸੰਸਕ੍ਰਿਤ ਦੇ ਵਿੱਚ ਜਿਹੜੇ ਕਿ ਹੱਥ ਨੂੰ ਕਿਹਾ ਜਾਂਦਾ ਕਰ ਸੰਸਕ੍ਰਿਤ ਦੇ ਵਿੱਚ ਹੱਥ ਨੂੰ ਕਿਹਾ ਜਾਂਦਾ ਕਰ ਤੇ ਕਿਹੜੀਆਂ ਦੋ ਚੀਜ਼ਾਂ ਨੇ ਜਿਹੜੇ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਮਿਲਦੀਆਂ ਨੇ ਉਹ ਆਲੂ ਤੇ ਪੰਜਾਬੀ ਤੇ ਰਿਗਵੇਦ ਦੇ ਸਮੇਂ ਪੰਜਾਬ ਨੂੰ ਕਿਹਾ ਜਾਂਦਾ ਸੀ ਸप्तसिंधੂ ਠੀਕ ਹੈ ਤੇ ਜੁਨਾਨੀ ਨੇ ਨਾਮ ਰੱਖਿਆ ਸੀ ਪੈਟਾਪਟਾਮੀਆਂ ਮਹਾਕਾਵਾਂ ਦੇ ਪ੍ਰਾਣਾ ਦੇ ਵਿੱਚ ਪੰਜਾਬ ਨੂੰ ਕਿਹਾ ਗਿਆ ਪੰਚਨਤ ਠੀਕ ਹੈ ਤੇ ਪੰਜਾਬ ਦੀ ਧਰਤੀ ਤੇ ਹੀ ਪਾਇਨੀ ਨੇ ਸੰਸਕ੍ਰਿਤ ਦੀ ਜਿਹੜੀ ਕਿ ਰਚਨਾ ਕੀਤੀ ਤੇ ਭਗਵਤ ਗੀਤਾ ਦੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਪੰਜਾਬ ਦੀ ਜਿਹੜੀ ਕਿ ਧਰਤੀ ਤੇ ਹੋਈ ਹੈ ਤੇ ਪੰਜਾਬੀ ਸੱਭਿਆਚਾਰ ਦਾ ਮੁੱਖ ਲੱਛਣ ਕੀ ਹੈ ਮੀਸਾਪਨ ਠੀਕ ਹੈ ਤੇ ਅੰਨ ਦਾ ਭੰਡਾਰ ਕਿਹੜਾ ਇਲਾਕਾ ਮੰਨਿਆ ਜਾਂਦਾ ਹੈ ਪੰਜਾਬ ਤੇ ਵੈਦਿਕ ਸਮੇਂ ਦੇ ਵਿੱਚ ਵਿਸ਼ਵ ਵਿਦਿਆਲਾ ਪੰਜਾਬ ਦੇ ਵਿੱਚ ਕਿਹੜਾ ਸੀ ਟਕਸੀਲਾ ਠੀਕ ਹੈ ਸੰਸਕ੍ਰਿਤ ਦਾ ਵਿਆਕਰਨ ਕਿਸ ਨੇ ਲਿਖਿਆ ਸੀ ਪਾਣੀ ਨੇ ਤੇ ਪੰਜਾਬ ਸ਼ਬਦ ਫਾਰਸੀ ਭਾਸ਼ਾ ਦੇ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਤੇ ਇਹ ਪੰਜ ਪਲਸ ਆਪ ਦੇ ਮੇਲ ਤੋਂ ਬਣਿਆ ਪੰਜ ਮਤਲਬ ਕਿ ਗਿਣਤੀ ਦਾ ਸੂਚਕ ਪੰਜਾਬ ਦਰਿਆ ਪੰਜ ਦਰਿਆਵਾਂ ਦੀ ਧਰਤੀ ਆਪ ਮਤਲਬ ਕਿ ਪਾਣੀ ਠੀਕ ਹੈ ਤੇ ਅ ਮੰਡ ਤੋਂ ਬਾਅਦ ਪੰਜਾਬ ਦੇ ਵਿੱਚ ਕਿੰਨੇ ਦਰਿਆ ਰਹਿ ਗਏ ਢਾਈ ਅਗਲਾ ਕੁਐਸਚਨ ਹੈ ਵਿਆਹ ਤੋਂ ਕਿੰਨੇ ਦਿਨ ਪਹਿਲਾਂ ਕੜਾਹੀ ਚੜਾਈ ਜਾਂਦੀ ਸੀ ਪਹਿਲਾਂ ਠੀਕ ਹੈ ਤਾਂ ਵਿਆਹ ਤੋਂ ਕਿੰਨੇ ਦਿਨ ਪਹਿਲਾਂ ਪਹਿਲਾਂ ਕੜਾਹੀ ਚੜਾਈ ਜਾਂਦੀ ਸੀ ਤੇ ਕੜਾਹੀ ਦੇ ਵਿੱਚ ਸਭ ਤੋਂ ਪਹਿਲਾਂ ਗੁਲਗਲੇ ਜਿਹੜੇ ਕਿ ਪਕਾ ਕੇ ਉਹ ਜਿਹੜੇ ਕਿ ਵਿਆਹੁਤਾ ਦੀ ਮਦਰ ਜਿਹੜੇ ਕਿ ਆਪਣੇ ਪੇਕੇ ਲੈ ਕੇ ਜਾਂਦੀ ਹੁੰਦੀ ਸੀ ਤਾਂ ਉਹ 7 ਜਾਂ 9 ਦਿਨ ਪਹਿਲਾਂ 7 ਜਾਂ 9 ਦਿਨ ਪਹਿਲਾਂ ਤੇ ਮੰਗਣੀ ਤੋਂ ਬਾਅਦ ਜਦੋਂ ਜਿਹੜੀ ਸ਼ੁਭ ਤਿਥ ਕੜਾਈ ਜਾਂਦੀ ਹੈ ਉਹਨੂੰ ਕਹਿੰਦੇ ਨੇ ਸਾਹਾ ਕੜਵਾਉਣਾ ਅਗਲਾ ਹੈ ਪੀਲ ਪਲਿੰਗਣ ਖੇਡ ਕਿਸ ਸਮੇਂ ਖੇਡੀ ਜਾਂਦੀ ਹੈ ਪੀਲ ਪਲਿੰਗਣ ਦੇ ਜਿਹੜੇ ਕਿ ਹੋਰ ਵੀ ਨਾਂ ਨੇ ਇਹਨੂੰ ਡੰਡਾ ਟੁੱਕ ਵੀ ਕਿਹਾ ਜਾਂਦਾ ਪੀਲ ਪਲਿੰਗਣ ਵੀ ਕਿਹਾ ਜਾਂਦਾ ਡੰਡ ਪਲਾਂਗੜਾ ਵੀ ਕਿਹਾ ਜਾਂਦਾ ਤੇ ਇਹ ਖੇਡ ਗਰਮੀਆਂ ਦੀ ਰੁੱਤ ਦੇ ਵਿੱਚ ਦੁਪਹਿਰ ਸਮੇਂ ਖੇਡੀ ਜਾਂਦੀ ਆ ਇਹ ਖੇਡ ਗਰਮੀਆਂ ਦੀ ਰੁੱਤ ਦੇ ਵਿੱਚ ਦੁਪਹਿਰ ਸਮੇਂ ਖੇਡੀ ਜਾਂਦੀ ਆ ਦੁਪਹਿਰ ਵੇਲੇ ਠੀਕ ਹੈ ਤੇ ਇਹ ਖੇਡੀ ਜਾਂਦੀ ਆ ਦਰਖਤਾਂ ਤੇ ਪਿੱਪਲ ਬਰੋਟੀਆਂ ਟਾਲੀਆਂ ਦੇ ਦਰਖਤਾਂ ਤੇ ਪਿੱਪਲ ਬਰੋਟੀਆਂ ਤੇ ਟਾਲੀਆਂ ਦੇ ਦਰਖਤਾਂ ਤੇ ਦੁਪਹਿਰ ਦੇ ਸਮੇਂ ਗਰਮੀਆਂ ਦੇ ਮੌਸਮ ਦੇ ਵਿੱਚ ਤੇ ਸਿਆਲਾਂ ਦੇ ਰੁੱਤ ਦੇ ਵਿੱਚ ਕਿਹੜੀ ਖੇਡ ਹੈ ਸਿਆਲਾਂ ਦੇ ਰੁੱਤ ਦੇ ਵਿੱਚ ਜਿਹੜੀ ਕਿ ਖੇਡ ਹੈਗੀ ਆ ਬਾਂਦਰ ਕਿਲਾ ਬਾਂਦਰ ਕਿਲਾ ਆਮ ਤੌਰ ਤੇ ਸਿਆਲ ਦੇ ਰੁੱਤ ਖੇਡ ਹੈ ਤੇ ਗਰਮੀਆਂ ਦੇ ਰੁੱਤ ਦੇ ਵਿੱਚ ਕਿਹੜੀ ਖੇਡ ਹੈ ਤੋਂ ਹੈਗੀ ਆ ਡੰਡਾ ਡੁੱਕ ਪੀਰ ਪਲਿੰਗਣ ਡੰਡ ਪਲਾਂਗੜਾ ਪੀਨ ਪਲਿੰਗਣ ਠੀਕ ਹੈ ਇਹ ਇਹਦੇ ਨਾਂ ਨੇ ਸਾਰੀ ਇਹ ਹੈ ਗਰਮੇ ਦੇ ਰੁੱਤ ਦੇ ਵਿੱਚ ਤੇ ਸਰਦੇ ਰੁੱਤ ਦੇ ਵਿੱਚ ਬਾਂਦਰ ਕਿਲਾ ਤੇ ਬਾਂਦਰ ਕਿਲਾ ਦੇ ਵਿੱਚ ਖੜਿਆ ਰਹੀ ਦੀ ਕੋਈ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਅਗਲਾ ਹੈ ਸੰਖੇਪ ਰਚਨਾ ਵਾਲੀ ਦਿੱਤੇ ਪੈਰ ਨੂੰ ਲਗਭਗ ਕਿੰਨੇ ਸ਼ਬਦਾਂ ਵਿੱਚ ਸੰਖੇਪ ਕਰਕੇ ਲਿਖਣਾ ਹੁੰਦਾ ਆਪਾਂ ਨੇ ਜੋ ਆਪਾਂ ਨੂੰ ਮੰਨ ਲਓ 150 ਦਿੱਤੇ ਹੋਏ ਨੇ ਸ਼ਬਦ ਇਹਨਾਂ ਦਾ ਆਪਾਂ ਨੇ 1 ਜਿਹੜੇ ਕਿ ਸੰਖੇਪ ਰਚਨਾ ਕਰਨੇ ਤਾਂ 1 ਤਿਹਾਈ ਕਰਾਂਗੇ 1 ਤਿਹਾਈ ਮਤਲਬ ਕਿ ਇਹਦਾ ਤੀਜਾ ਹਿੱਸਾ ਤਾਂ 50 ਸ਼ਬਦਾਂ ਦੇ ਵਿੱਚ ਲਿਖਾਂਗੇ ਆਪਾਂ 1 ਤਿਹਾਈ ਠੀਕ ਹੈ 1/3 ਅੱਗੇ ਹੈ ਅਗਲਾ ਕੁਐਸਚਨ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਪਤਾ ਵਗਦੇ ਪਾਣੀ ਵਿੱਚ ਕਿਹੜਾ ਭਾਵ ਪ੍ਰਵਲ ਪ੍ਰਗਟ ਹੋਇਆ ਤੋ ਹੋਇਆ ਗਤੀਸ਼ੀਲ ਜੀਵਨ ਦਾ गतिशील जीवनदा ਤੇ ਵਗਦੇ ਵਨ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਰਚਨਾ ਇਹਦੇ ਕਵੀ ਦੇ ਅਨੁਸਾਰ ਹੈ ਜਿਹੜੇ ਕਿ ਜ਼ਿੰਦਗੀ ਦੇ ਪਾਣੀ ਜਿਹੜੇ ਕਿ ਆਪਣਾ ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਕਿਉਂਕਿ ਅਗਰ ਪਾਣੀ ਇੱਕ ਜਗ੍ਹਾ ਤੇ ਖੜ ਜਾਣਾ ਤਾਂ ਉਹਦੇ ਵਿੱਚੋਂ ਵਧੂ ਆ ਜਾਂਦੀ ਹੈ ਖੜੇ ਪਾਣੀ ਨਾਲ ਕੀ ਵਾਪਰਦਾ ਉਹ ਬੁਸਟ ਜਾਂਦਾ ਠੀਕ ਹੈ ਇਹ ਟੁਰਿਆ ਵੱਧਦਾ ਹਾਂ ਤੇ ਖਲੋਇਆ ਘਟਦਾ ਬਾਕੀ ਜੇ ਇੱਕ ਜਗ੍ਹਾ ਤੇ ਖੜ ਜਾਾਂਗੇ ਤਾਂ ਘਟ ਜਾਾਂਗੇ ਤੇ ਟੁਰੇ ਜਾਾਂਗੇ ਤਾਂ ਆਪਾਂ ਵੱਧ ਜਾਾਂਗੇ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਗਤੀਸ਼ੀਲ ਜੀਵਨ ਦਾ ਜਿਹੜੇ ਕਿ ਇਸ ਕਪਤ ਦੇ ਵਿੱਚ ਆਪ ਪਰਵਲ ਹੋਇਆ ਤੇ ਟੁਕੜੀ ਜਗਤ ਉਹ ਨਿਹਰੀ ਦੇ ਵਿੱਚ ਕਸ਼ਮੀਰ ਦੀ ਧਰਤੀ ਦਾ ਵਰਣਨ ਕੀਤਾ ਹੋਇਆ ਹੈ ਭਾਈ ਵੀਰ ਸਿੰਘ ਨੇ ਠੀਕ ਹੈ ਚਮਚਮ ਰੱਖੋ ਕਲਗੀ ਜੁਝਾਰ ਦੀ ਇਹ ਹੈਗੇ ਨੰਦ ਲਾਲ ਨੂਰਪੁਰੀ ਜਿਸ ਦੇ ਵਿੱਚ ਜਿਹੜੇ ਕਿ ਚਮਚਮ ਰੱਖੋ ਕਪਤਾ ਦੇ ਵਿੱਚ ਮਾਏ ਤੇਰਾ ਜੋੜਾ ਦਾਦੇ ਕੋਲ ਜਾ ਵਸਿਆ ਤੁੱਕ ਦੇ ਅਨਸਾਰ ਜੋੜਾ ਕਿਸ ਦੇ ਕੋਲ ਜਾ ਵਸਿਆ ਤੋ ਹੈ ਦਾਦਾ ਕੋਲ ਠੀਕ ਹੈ ਭਾਵ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜਿਹੜੀ ਕਿ ਲੜਾਈ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਸਨ ਤੇ ਉਹਨਾਂ ਦੇ ਕੋਲੇ-ਕੋਲੇ ਹੱਥਾਂ ਦੇ ਵਿੱਚ ਕਿਹੋ ਜਿਹਾ ਕਿਰਪਾਨਾਂ ਫੜੀਆਂ ਹੋ ਜਾਂ ਸਨ ਤਾਂ ਉਹਨਾਂ ਦੇ ਕੋਲੇ-ਕੋਲੇ ਹੱਥਾਂ ਦੇ ਵਿੱਚ ਜਿਹੜੇ ਕਿ ਕਿਰਪਾਨਾਂ ਫੜੀਆਂ ਹੋ ਜਾਂ ਸਨ ਗੋਰੀਆਂ ਠੀਕ ਹੈ ਤੇ ਕਪਤਾਨ ਨੂੰ ਹਰ ਇੱਕ ਕਪਤਾਨ ਨੂੰ ਪੜਨਾ ਕਿਉਂਕਿ ਕਪਤਾਨਾਂ ਦੇ ਵਿੱਚੋਂ ਵੀ ਕੁਐਸਚਨਸ ਬਣ ਜਾਂਦੇ ਨੇ ਵੀ 17 ਪੂਰੀਆਂ ਕਰਨ ਦੇ ਵਿੱਚ ਅਗਲਾ ਹੈ ਨੀਲੀ ਕਹਾਣੀ ਦੇ ਵਿੱਚ ਮੈਂ ਪਾਤਰ ਕੌਣਾਂ ਤੇ ਨੀਲੀ ਕਹਾਣੀ ਦੇ ਵਿੱਚ ਮੁੱਖ ਪਾਤਰ ਤਾਂ ਹੈਗਾ ਨੀਲੀ ਗਾਂ ਹਨਾ ਬਟ ਮੈਂ ਪਾਤਰ ਕੌਣਾਂ ਮੈਂ ਪਾਤਰ ਮਤਲਬ ਕਿ ਜੋ ਸਟੋਰੀ ਦੱਸ ਰਿਹਾ ਤਾਂ ਉਹ ਹੈਗਾ ਕਥਾਵਾਚਕ ਜਾਂ ਕਹਾਣੀਕਾਰ ਕਥਾਵਾਚਕ ਜਾਂ ਕਥਾਕਾਰ ਕਹਾਣੀਕਾਰ ਇਹ ਹੈਗਾ ਮੈਂ ਪਾਤਰ ਤੇ ਗਵਾਲਾ ਹੈਗਾ ਵਪਾਰਕ ਰੁਚੀ ਵਾਲਾ ਲਾਲਜੀ ਅਗਲਾ ਹੈ ਅੱਗੇ ਸੱਪ ਤੇ ਪਿੱਛੇ ਸ਼ੀ ਸੱਤਰ ਕੰਪਲੀਟ ਕਰਨੀ ਹੈ ਇਹ ਅਖੌਤਾਂ ਦੇ ਵਿੱਚੋਂ ਪਰ ਡੈਸ਼ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਹੈ ਤਹ ਜਿਹੜੀ ਕਿ ਇਹ ਸੱਤਰ ਹੈ ਇਹ ਕਿਹੜੀ ਸੱਤਰ ਦੇ ਵਿੱਚੋਂ ਹੈ ਇਹ ਕੱਪਤਾ ਹੈਗੀਆ ਪੁਰਾਣੇ ਪੰਜਾਬ ਨੂੰ ਵਾਜਾਂ ਦੇ ਵਿੱਚ ਪਰ ਠਿੱਕਰੀਆਂ ਦੀ ਪੂਜਾ ਅੱਜ ਕਥਾਈ ਦਾ ਪੁਨਾ ਮਤਲਬ ਕਿ ਅੱਜ ਲੋਕ ਜਿਹੜੇ ਕਿ ਠਿੱਕਰਿਆਂ ਦੀ ਪੂਜਾ ਮਤਲਬ ਕਿ ਪੈਸੇ ਦੀ ਪੂਜਾ ਕਰ ਰਹੇ ਨੇ ਪੈਸੇ ਨੂੰ ਹੀ ਸਭ ਤੋਂ ਉੱਪਰ ਮੰਨ ਰਹੇ ਨੇ ਜਦੋਂ ਕਿ ਪਹਿਲਾਂ ਮਿੱਠਤ ਪਿਆਰ ਨੂੰ ਸਭ ਤੋਂ ਉੱਪਰ ਮੰਨਿਆ ਜਾਂਦਾ ਸੀ ਤਾਂ ਹੀ ਤਾਂ ਉਹਨੂੰ ਕਹ ਰਹੇ ਕਿ ਕਪਤਾ ਦੇ 17 ਜ਼ਰੂਰ ਪੜ੍ਹਨੀਆਂ ਨੇ ਹਰਿੰਦਰ ਤੇ ਗੁਰਿੰਦਰ ਦੇ ਪਿਤਾ ਦਾ ਨਾਂ ਕੀ ਸੀ ਤਾਂ ਨਿਰੰਜਨ ਸਿੰਘ ਨਿਰੰਜਨ ਸਿੰਘ ਜਿਹੜੇ ਕਿ ਪਹਿਲਾਂ ਪੰਜਾਬ ਦੇ ਵਿੱਚ ਅਧਿਆਪਕ ਸਨ ਤੇ ਨਿਰੰਜਨ ਸਿੰਘ ਦਾ ਪਿੰਡ ਮੋਗੇਵਾਲ ਸੀ ਠੀਕ ਹੈ ਅਗਲਾ ਹੈ ਸੇਰ ਦੁੱਦ ਤੇ ਵੀ ਸਰਪਾਣੀ ਘੁੰਮਰ ਘੁੰਮਰ ਫਿਰੇ ਮਧਾਣੀ ਇਹ ਵੀ ਖਾਣ ਪੂਰੀ ਕਰਨੀ ਆ ਘੁੰਮਣ ਘੁੰਮਣ ਫਿਰੇ ਮਧਾਣੀ ਤੇ ਇਸ ਦਾ ਅਰਥ ਕੀ ਹੁੰਦਾ ਇਸ ਦਾ ਖਾਣ ਦਾ ਅਰਥ ਹੈ ਮਤਲਬ ਕਿ ਘਟੀਆਂ ਚੀਜ਼ ਦਾ ਜ਼ਿਆਦਾ ਮਾਣ ਕਰਨਾ ਠੀਕ ਆ ਘਟੀਆਂ ਚੀਜ਼ ਦਾ ਆਪਾਂ ਜ਼ਿਆਦਾ ਮਾਣ ਕਰਦੇ ਆ ਤਾਂ ਫਿਰ ਇਹ ਖਤ ਹੁੰਦੀ ਆ ਸੇਰੂ ਤੇ 20ਰ ਪਾਣੀ ਘੁੰਮਰ ਘੁੰਮਰ ਫਿਰੇ ਮਧਾਣੀ ਤੇ ਅੱਗੇ ਸੱਪ ਤੇ ਪਿੱਛੇ ਸੀ ਇਹ ਹੁੰਦਾ ਵੀ ਜਦੋਂ ਆਦਮੀ ਮੁਸ਼ਕਲ ਦੇ ਡਰ ਕਾਰਨ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਤੇ ਜਾਂਦਾ ਤਾਂ ਉੱਥੇ ਵੀ ਜਿਹੜੇ ਕਿ ਉਹ ਉਹ ਹੀ ਉਹਦੇ ਡਰ ਅੱਗੇ ਆ ਜਾਂਦਾ ਠੀਕ ਹੈ ਜਦੋਂ ਆਦਮੀ ਮੁਸ਼ਕਲ ਜਾਂ ਡਰ ਕਾਰਨ ਨਾ ਅੱਗੇ ਜਾ ਸਕੇ ਨਾ ਪਿੱਛੇ ਜਾ ਸਕੇ ਹੁੰਦਾ ਅੱਗੇ ਸੱਪ ਤੇ ਪਿੱਛੇ ਸੀ ਸ਼ੀ ਸੱッセ ਤੇ ਵੀ ਪੈ ਸਕਦਾ ਸੀ ਠੀਕ ਹੈ ਸੱッセ ਦੇ ਪੈਰ 'ਚ ਬਿੰਦੀ ਪਾ ਕੇ ਹੀ ਪਾ ਸਕਦੇ ਸੱッセ ਦੇ ਪੈਰ 'ਚ ਬਿੰਦੀ ਹਾਹਾ ਐਵੇਂ ਵੀ ਸ਼ੀ ਪੈ ਜਾਂਦਾ ਠੀਕ ਹੈ ਜੱਸ ਅੱਛਾ ਆਵਾਜ਼ ਆ ਰਿਹਾ ਅੱਗੇ ਹੈ ਅਖਾਤਾਂ ਤੁਹਾਨੂੰ ਵੈਸੇ ਵੀ ਜਿਹੜੇ ਕਿ ਪੰਜ ਆਉਣੀਆਂ ਪੰਜ ਦੇ ਵਿੱਚੋਂ ਤੁਸੀਂ ਤਿੰਨ ਕਰਨੇ ਹੋਣਗੇ 2-2 ਮਾਰਕਸ ਦੀਆਂ ਤੇ ਗਵੇਂ 17 ਪੂਰੀਆਂ ਕਰਨੀਆਂ ਚ ਵੀ ਆਉਣੀਆਂ ਪੰਜਾਬੀ ਸੱਭਿਆਚਾਰ ਦੀ ਧਾਰਾ ਡੈਸ਼ ਜਾਤੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ ਤਾਂ ਆਰੀਆ ਜਾਤੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ ਆਰੀਆ ਲੋਕਾਂ ਨਾਲ ਠੀਕ ਹੈ ਅੱਗੇ ਆਉਣਗੇ ਕੁਐਸਚਨ ਆਨਸਰ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਕਰਨੇ ਹੋਣਗੇ ਤੁਹਾਨੂੰ ਕੁਐਸਚਨ ਆਉਣਗੇ ਪੰਜ ਪੰਜ ਕੁਐਸਚਨਾਂ ਦੇ ਵਿੱਚੋਂ ਤੁਹਾਨੂੰ ਦੋ ਕਰਨੇ ਹੋਣਗੇ ਤੁਸੀਂ ਪੰਜ ਕੁਐਸਚਨ ਆਉਣਗੇ ਪੰਜ ਦੇ ਵਿੱਚੋਂ ਜੁਗੈਨ ਅਟੈਂਟੇਨੀਓ 2 ਤੁਸੀਂ ਦੋ ਕਰਨੇ ਹੋਣਗੇ ਤੇ ਹੁਣ ਤੁਹਾਡੇ ਸਿਲੇਬਸ ਦੇ ਵਿੱਚ ਹੈਗੇ ਨੇ ਚੈਪਟਰ 4 ਠੀਕ ਹੈ ਤੇ ਆਪਾਂ ਅਲੱਗ ਵੀਡੀਓ ਬਣਾਵਾਂਗੇ ਕਿ ਕਿਹੜੇ ਚੈਪਟਰ ਚੋਂ ਕਿਹੜਾ ਕੁਐਸਚਨ ਇੰਪੋਰਟੈਂਟ ਆ ਠੀਕ ਹੈ ਤੁਸੀਂ ਕੋਈ ਜਿਹੜੀ ਕਿ ਚੰਨ ਚਾਰ ਚੈਪਟਰ ਨੂੰ ਕੋਈ ਤਿੰਨ ਚੈਪਟਰ ਵੀ ਕਰ ਸਕਦੇ ਹੋ ਜਿਵੇਂ ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਪਿਛੋਕੜ ਬਾਰੇ ਸੰਖੇਪ ਜਾਣਕਾਰੀ ਲਿਖਣਾ ਰਸਮ ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਨੇ ਚੱਕਰਪੀਜੀ ਲੋਕੇਡ ਬਾਰੇ ਜਾਣਕਾਰੀ ਦਿਓ ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਮੇਲੇ ਲੱਗਦੇ ਨੇ ਕਿਸੇ ਇੱਕ ਮੇਲੇ ਬਾਰੇ ਜਾਣਕਾਰੀ ਦਿਓ ਪੰਜਾਬੀ ਸੱਭਿਆਚਾਰ ਦੇ ਲੱਛਣ ਦੱਸੋ ਨੇ ਤੇ ਜਿਵੇਂ ਮੇਲਿਆਂ ਵਾਲੇ ਚੈਪਟਰ ਦੇ ਵਿੱਚੋਂ ਹੋਰ ਆਪਾਂ ਕੁਐਸਚਨ ਕੱਢ ਸਕਦੇ ਆ ਪੰਜਾਬ ਦੇ ਮੇਲਿਆਂ ਦੀ ਕਿਹੜੀ-ਕਿਹੜੀ ਵਿਸ਼ੇਸ਼ਤਾ ਕਿਹੜੀ-ਕਿਹੜੀ ਵਿਸ਼ੇਸ਼ਤਾ ਇਹ ਕੁਐਸਚਨ ਇੰਪੋਰਟੈਂਟ ਨੇ ਜੋ ਪੰਜਾਬ ਦੇ ਮੌਸਮੀ ਮੇਲੇ ਕਿਹੜੇ-ਕਿਹੜੇ ਨੇ ਕਿਸੇ ਇੱਕ ਮੌਸਮੀ ਮੇਲੇ ਬਾਰੇ ਲਿਖਣਾ ਇਹ ਇੰਪੋਰਟੈਂਟ ਆ ਠੀਕ ਹੈ ਤੇ ਮੇਲਾ ਬੀਜ ਰੂਪ ਦੇ ਵਿੱਚ ਪੰਜਾਬੀ ਚਰਿੱਤਰ ਦੇ ਵਿੱਚ ਸਮੋਇਆ ਹੋਇਆ ਕਿਵੇਂ ਠੀਕ ਆ ਮੇਲੇ ਨਾਲ ਕਿਸੇ ਜਾਤੀ ਲਈ ਕੀ ਮਹੱਤਵ ਹੈ ਇੰਪੋਰਟੈਂਟ ਆ ਮੈਂ ਤੁਹਾਨੂੰ ਐਸੇ ਕੁਸ਼ਲ ਕੁਸ਼ਨ ਇੰਪੋਰਟੈਂਟ ਦੱਸ ਰਹੀ ਆ ਤੇ ਰਸਮਾਂ ਰਿਵਾਜਾਂ ਦੇ ਵਿੱਚੋਂ ਮਨੁੱਖੀ ਜੀਵਨ ਵਿੱਚ ਰਸਮਾਂ ਰਿਵਾਜਾਂ ਦਾ ਇੱਕ ਤਾਂ ਕਾਰਨ ਵਾਲਾ ਤਾਂ ਹੈ ਹੀ ਹੈ ਮਨੁੱਖੀ ਜੀਵਨ ਦੇ ਵਿੱਚ ਰਸਮਾਂ ਰਿਵਾਜਾਂ ਦਾ ਕੀ ਮਹੱਤਵ ਹੈ ਮਹੱਤਵ ਰਸਮਾਂ ਰਿਵਾਜਾਂ ਦਾ ਕੀ ਮਹੱਤਵ ਹੈ ਤੇ ਰਸਮਾਂ ਰਿਵਾਜਾਂ ਦੇ ਪੈਦਾ ਹੋਣ ਦੇ ਕਾਰਨ ਠੀਕ ਹੈ ਤੇ ਵਿਆਹ ਕੇ ਲਿਆਉਣ ਮਗਰੋਂ ਮੁੰਡੇ ਦੇ ਘਰ ਕਿਹੜੇ-ਕਿਹੜੇ ਰਸਮਾਂ ਹੁੰਦੀਆਂ ਨੇ ਜਿੱਥੇ ਪਾਣੀ ਵਾਰਨਾ ਪੇਟੀ ਖੁਲਾਈ ਠੀਕ ਹੈ ਮੂੰਹ ਦੇਖਣਾ ਇਹ ਸਾਰੀਆਂ ਤੇ ਇਹਦੇ ਵਿੱਚੋਂ ਇੱਕ ਹੈ ਕਿ ਪਹਿਲੇ ਸਮੇਂ ਦੇ ਵਿੱਚ ਮੁੰਡੇ ਕੁੜੀਆਂ ਦੇ ਜਨਮ ਤੇਰਾ ਸਮਰਵਾਸ ਦੇ ਵਿੱਚ ਕਿਹੜੇ-ਕਿਹੜੇ ਵਿਤਕਰੇ ਸੀ ਉਹਨੂੰ ਕਿਵੇਂ ਘਟਦਾ ਜਾ ਰਿਹਾ ਹੈ ਇਹ ਠੀਕ ਹੈ ਤੇ ਲੋਕ ਖੇਡਾਂ ਦੇ ਵਿੱਚੋਂ ਇੱਕ ਤਾਂ ਚੱਕਰ ਭੀਜੀ ਹੋ ਗਿਆ ਇੱਕ ਲੋਕ ਖੇਡਾਂ ਬਾਰੇ ਦੱਸਣਾ ਕਿ ਇਹ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਆ ਸਿੱਧ ਕਰਨਾ ਹੈ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਪਹਿਲੇ ਕੁਐਸਚਨ ਤੇ ਲੋਕ ਖੇਡਾਂ ਨਾਲ ਕਿਹੜੇ-ਕਿਹੜੇ ਭਾਵਨਾਵਾਂ ਪੈਦਾ ਹੁੰਦੀਆਂ ਨੇ ਲੋਕ ਖੇਡਾਂ ਜੀ ਮਨੁੱਖੀ ਜੀਵਨ ਦੇ ਵਿਕਾਸ ਦੇ ਵਿੱਚ ਐਮ ਭੂਮਿਕਾ ਨਾ ਕਿਵੇਂ ਨੇ ਠੀਕ ਹੈ ਅੱਡੀ ਛੜਾਪਾ ਬਾਰੇ ਖੇਡ ਬਾਰੇ ਲਿਖਣਾ ਤੇ ਪਹਿਲਾ ਲੋਕ ਪਿੰਡਾਂ ਦੇ ਵਿੱਚ ਖੜਿਆ ਰਹਿੰਦੇ ਤੇ ਪਹਿਲਵਾਨ ਨੂੰ ਕਿਵੇਂ ਨਵਾਜਦੇ ਸੀ ਠੀਕ ਹੈ ਇਹ ਕੁਝ ਕੁਐਸਚਨ ਇੰਪੋਰਟੈਂਟ ਨੇ ਤੇ ਪੰਜਾਬ ਦੇ ਲੋਕ ਖੇਡਾਂ ਨੂੰ ਮੋੜ ਸੁਰਜੀਤ ਕਰਨਾ ਕਿਉਂ ਜ਼ਰੂਰੀ ਹੈ ਇਹਨਾਂ ਦੇ ਆਨਸਰਸ ਆਪਾਂ ਅਲੱਗ ਵੀਡੀਓ ਚ ਬਣਾਵਾਂਗੇ ਤੇ ਪੱਤਰ ਪੱਤਰ ਤੁਹਾਡੇ ਸਟੂਡੈਂਟਸ ਹੈ ਹੀ ਤੁਹਾਡੇ ਸੋਲਵ ਕੀਤੇ ਹੋਏ ਜਿਹੜੇ ਹੈ 7 ਨੇ ਇਹ 7 ਦੇ 7 ਤੁਹਾਡੇ ਸਿਲੇਬਸ ਦੇ ਵਿੱਚ ਨੇ ਤੁਸੀਂ ਪਹਿਲੇ 5 ਯਾਰ ਕਰ ਸਕਦੇ ਹੋ ਪੱਤਰ ਜਿਹੜੇ ਇਹ ਕੁਐਸਚਨ ਆਉਣਗੇ ਕੁਐਸਚਨ ਦੋ ਤੁਸੀਂ ਕਰਨੇ ਹੋਣਗੇ ਹਰ ਕੁਐਸਚਨ 4 ਮਾਰਕਸ ਦਾ ਹੋਊਗਾ ਠੀਕ ਹੈ ਦੋ ਕੁਐਸਚਨ 4-4 ਮਾਰਕਸ ਦੇ 8 ਮਾਰਕਸ ਦੇ ਹੋਗੇ ਤੇ ਪੱਤਰ ਤੁਹਾਡੀ ਜਿਵੇਂ ਸ਼ੁਰੂ ਦੇ ਵਿੱਚ ਐਡਰੈਸ ਲਿਖਣਾ ਜਿਵੇਂ ਤੁਸੀਂ ਇੱਥੇ ਲਿਖਣਾ ਤੁਸੀਂ ਪੜੇ ਲਿਖੇ ਨੌਜਵਾਨ ਤੁਸੀਂ ਆਪਣੀ ਯੋਗਤਾ ਸਮਰੱਥਾ ਦੱਸਦੇ ਹੋਏ ਨਜ਼ਦੀਕੀ ਬੈਂਕ ਤੋਂ ਸਵੈ ਰੂਜ਼ਗਾਰ ਲਈ ਕਰਜ਼ਾ ਲੈਣ ਵਾਸਤੇ ਸ਼ਾਖਾ ਪੱਤਰ ਨੂੰ ਪੱਤਰ ਲਿਖਣਾ ਤਾਂ ਇਹਦੇ ਵਿੱਚ ਹੁਣ ਐਡਰੈਸ ਦਿੱਤਾ ਹੀ ਹੋਇਆ ਆਪਦਾ ਹਨਾ ਤੁਸੀਂ ਆਪਣੇ ਵੱਲੋਂ ਜੋ ਮਰਜ਼ੀ ਐਡਰੈਸ ਲਿਖ ਸਕਦੇ ਹੋ ਵੀ ਪਿੰਡ ਤੇ ਡਾਕਾ ਨਾਲ ਜ਼ਿਲ੍ਹਾ ਹਵਾਲਾ ਨੰਬਰ ਹਵਾਲਾ ਨੰਬਰ 123 ਜੋ ਮਰਜ਼ੀ ਦੇ ਦਿਓ ਫਿਰ ਡੇਟ ਠੀਕ ਹੈ ਫਿਰ ਸੇਵਾ ਵਿਖੇ ਤਾਂ ਸੇਵਾ ਵਿਖੇ ਤੋਂ ਬਾਅਦ ਤੁਸੀਂ ਹੁਣ ਬੈਂਕ ਦੇ ਵਿੱਚ ਕਿਸ ਨੂੰ ਲਿਖੋਗੇ ਉੱਥੇ ਪੱਤਰ ਹਨਾ ਸ਼ਾਖਾ ਪ੍ਰਬੰਧਕ ਸਾਹਿਬ ਪਹਿਲਾਂ ਉੱਪਰ ਲਿਖੋਗੇ ਜਾਂ ਮੈਨੇਜਰ ਸਾਹਿਬ ਜਾਂ ਸ਼ਾਖਾ ਪ੍ਰਬੰਧਕ ਸਾਹਿਬ ਸਾਹਿਬ ਫਿਰ ਜਿਹੜੀ ਮਰਜ਼ੀ ਬੈਂਕ ਦਾ ਨਾਮ ਲਿਖ ਦਿਓ ਜਿਵੇਂ ਸਟੇਟ ਬੈਂਕ ਆਫ ਇੰਡੀਆ ਅੱਗੇ ਜ਼ਿਲ੍ਹਾ ਜਿਹੜਾ ਵੀ ਤੁਸੀਂ ਉੱਪਰ ਜ਼ਿਲ੍ਹਾ ਲਿਖੋਗੇ ਆਪਦਾ ਉਹੀ ਉੱਥੇ ਹੇਠੇ ਲਿਖਣਾ ਜ਼ਿਲ੍ਹਾ ਵਿਸ਼ਾ ਕੀ ਹੈ ਸਵੈ ਰੁਜ਼ਗਾਰ ਚਲਾਉਣ ਦੇ ਲਈ ਜਿਹੜੇ ਕਿ ਕਰਜ਼ਾ ਲੈਣ ਵਾਸਤੇ ਫਿਰ ਸ੍ਰੀਮਾਨ ਜੀ ਤੁਸੀਂ ਦੱਸਦਾ ਉਹਦੇ ਵੀ ਤੁਸੀਂ ਇਹ ਚੀਜ਼ ਪੜੇ ਹੋਊ ਠੀਕ ਹੈ ਤੁਹਾਡਾ ਜਿਹੜਾ ਤੁਸੀਂ ਰੋਜ਼ਗਾਰ ਕਰਨਾ ਸਪੋਟਸ ਦੀ ਮੱਛੀ ਪਾਲਣ ਕਰਨਾ ਜਾਂ ਡੈਰੀ ਫਾਰਮਿੰਗ ਕਰਨੀ ਆ ਤਾਂ ਤੁਹਾਡੇ ਕੋਲ ਕੀ ਕੁਝ ਹੈਲਥਸ ਠੀਕ ਹੈ ਵੀ ਤੁਸੀਂ ਤਾਂ ਕਿ ਉਸ ਨੂੰ ਦੇਖ ਕੇ ਦੇੜੇ ਕਿ ਤੁਹਾਨੂੰ ਕਰਜ਼ਾ ਦਿੱਤਾ ਜਾਵੇ ਫਿਰ ਤੁਸੀਂ ਇਹ ਸਾਰਾ ਲਿਖ ਕੇ ਫਿਰ ਐਂਡ ਦੇ ਵਿੱਚ ਮੇਰੇ ਸਮਝਾਉਣ ਦਾ ਪਰਪਸ ਇਹ ਹੈ ਕਿ ਜਿਹੜਾ ਤੁਹਾਡਾ ਪੱਤਰ ਹੈਗਾ 7 ਮਾਰਕਸ ਦਾ ਜਿਹਦੇ ਵਿੱਚੋਂ ਤੁਸੀਂ ਐਡਰੈਸ ਲਿਖਣਾ ਹੀ ਜਿਹੜਾ ਤੁਸੀਂ ਉੱਪਰਲਾ ਐਡਰੈਸ ਦੇਣਾ ਆਪਣਾ ਐਡਰੈਸ ਤੇ ਜਿਸ ਨੂੰ ਪੱਤਰ ਲਿਖਣਾ ਉਹਦਾ ਐਡਰੈਸ ਦੇਣਾ ਤੁਹਾਨੂੰ 2 ਮਾਰਕਸ ਦਵਾਉਂਦਾ ਠੀਕ ਹੈ ਫਿਰ ਉਸ ਤੋਂ ਬਾਅਦ ਐਂਡ ਦੇ ਵਿੱਚ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪਾਤਰ ਜਾਂ ਆਪ ਜੀ ਦਾ ਹਿੱਤੂ ਹਿੱਤੂ ਵੀ ਲਿਖ ਸਕਦੇ ਹੋ ਤੇ ਵਿਸ਼ਵਾਸ ਪਾਤਰ ਵੀ ਲਿਖ ਸਕਦੇ ਹੋ ਵਿਸ਼ਵਾਸ ਪਾਤਰ ਤੋਂ ਬਾਅਦ ਜੇ ਤਾਂ ਨਾਮ ਦਿੱਤਾ ਹੋਇਆ ਫਿਰ ਤਾਂ ਉਹੀ ਲਿਖ ਦਿਓ ਜੇ ਨਾਮ ਨਹੀਂ ਦਿੱਤਾ ਹੋਇਆ ਤਾਂ ਤੁਸੀਂ ਕੀ ਲਿਖ ਸਕਦੇ ਹੋ ਉੜਾ ਅੜਾਈ ਠੀਕ ਹੈ ਇਹ ਤੁਹਾਨੂੰ ਇੱਕ ਨੰਬਰ ਦਵਾਉਂਦਾ ਤਾਂ ਐਵੇਂ ਹੀ ਅਗਰ ਤੁਹਾਨੂੰ ਪੱਤਰ ਨਹੀਂ ਭੌਂਦੀ ਤੁਸੀਂ ਐਡਰੈਸ ਲਿਖਤਾ ਐਂਡ ਦੇ ਵਿੱਚ ਆ ਵਿਸ਼ਵਾਸ ਪੱਤਰ ਲਿਖਤਾ ਤਾਂ ਤੁਹਾਨੂੰ 3 ਮਾਰਕਸ ਮਿਲ ਜਾਣਗੇ ਕਿਉਂਕਿ 2 ਮਾਰਕਸ ਦਾ ਹੈਗਾ ਐਡਰੈਸ ਤੇ 1 ਮਾਰਕਸ ਐਂਡ ਦੇ ਵਿੱਚੋਂ ਵਿਸ਼ਵਾਸ ਪੱਤਰ ਲਿਖਣਾ 4 ਮਾਰਕਸ ਦਾ ਜਿਹੜਾ ਵਿੱਚੋਂ ਕੰਟੈਂਟ ਲਿਖਣਾ ਤੁਸੀਂ ਅਗਲਾ ਹੈ ਮੈਸਚਰਜ਼ ਗਰ ਕੋ ਫੋਟੋ ਸਟੇਡ ਫੋਟੋ ਸਟੇਟ ਹਾਊਸ ਸ਼੍ਰੀ ਅੰਮ੍ਰਿਤਸਰ ਨੇ ਮੈਸਟਰਜ਼ ਮਾਡਰਨ ਇੰਜੀਨੀਅਰ ਟੈਕਨੋਲੋਜੀ ਲੁਧਿਆਣਾ ਦੇ ਕੋਲ ਫੋਟੋ ਮਸ਼ੀਨ ਆਰਡਰ ਕੀਤੀ ਸੀ ਤੇ ਮਸ਼ੀਨ ਮਿਲਣ ਤੇ ਪਤਾ ਲੱਗਾ ਕਿ ਮਸ਼ੀਨ ਫੋਟੋ ਸਟੇਟ ਕਾਪੀ ਸਾਫ਼ ਨਹੀਂ ਕੱਢਦੀ ਤਾਂ ਇਸ ਨੂੰ ਠੀਕਰ ਵਾਲੇ ਤੁਸੀਂ ਪੱਤਰ ਲਿਖਣਾ ਤਾਂ ਇਹਦੇ ਵਿੱਚ ਪਹਿਲਾਂ ਤੁਸੀਂ ਆਪਣਾ ਐਡਰੈਸ ਲਿਖਦੋਂਗੇ ਆਹ ਵਾਲਾ ਠੀਕ ਆ ਮੈਸਟਰਜ਼ ਗਰਗ ਫੋਟੋ ਸਟੇਟ ਹਾਊਸ ਮਾਲ ਰੋਡ ਸ਼੍ਰੀ ਅੰਮ੍ਰਿਤਸਰ ਸਾਇਓ ਹਵਾਲਾ ਨੰਬਰ ਮਿਤੀ ਫਿਰ ਕਿਸ ਨੂੰ ਲਿਖਣਾ ਮੈਸਟਰਜ਼ ਮਾਡਰਨ ਇੰਜੀਨੀਅਰ ਟੈਕਨੋਲੋਜੀ ਲੁਧਿਆਣਾ ਵਿਸ਼ਾ ਕੀ ਇਹ ਫੋਟੋਸਟੇਟ ਮਸ਼ੀਨ ਦੇ ਨੁਕਸ ਵਾਰ ਤੁਸੀਂ ਦੱਸਣਾ। ਸ਼੍ਰੀਮਾਨ ਜੱਗੇ ਤੁਸੀਂ ਦੇਖ ਸਕਦੇ ਹੋ ਵੀ ਐ ਇਸ ਡੇਟ ਨੂੰ ਤੁਸੀਂ ਇਸ ਪੇਮੈਂਟ ਅਦਾ ਕਰਕੇ ਤੁਸੀਂ ਜਿਹੜੀ ਕਿ ਆਨਲਾਈਨ ਜੋ ਵੀ ਪੇਮੈਂਟ ਅਦਾ ਕਰਕੇ ਜਿਹੜੀ ਕਿ ਡਰਾਫਟ ਭੇਜ ਕੇ ਤੁਸੀਂ ਮਸ਼ੀਨ ਆਰਡਰ ਕੀਤੀ ਸੀ ਬਟ ਜਦੋਂ ਮਸ਼ੀਨ ਪਹੁੰਚੀ ਤਾਂ ਉਹ ਜਿਹੜੇ ਫੋਟੋਸਟੇਟ ਵਧੀਆ ਨਹੀਂ ਕਰ ਰਹੀ ਤੁੰਦਲੀ ਕਰ ਰਹੀ ਜਾਂ ਜਾਦੇ ਜਿਹੜੀ ਕਿ ਸ਼ਾਹੀ ਛੱਡ ਰਹੀ ਹੈ। ਤੁਸੀਂ ਇਹਨੂੰ ਇੱਕ ਗਰੰਟੀ ਵੀ ਦਿੱਤੀ ਸੀ। ਤੁਸੀਂ ਸੋਚ ਰਹੇ ਕਿ ਹੁਣ ਇਹਦਾ ਨੁਕਸ ਨੂੰ ਜਿਹੜੇ ਕਿ ਦੂਰ ਕਰਾਇਆ ਜਾ ਜਾ ਸਕੇ ਜਾਂ ਤੁਸੀਂ ਜਿਹੜੇ ਕਿ ਇਹਨੂੰ ਚੇਂਜ ਕਰ ਦੋ ਅੱਗੇ ਧੰਨਵਾਦ ਸਾਹਿਤ ਤੇ ਧੰਨਵਾਦ ਸਾਹਿਤ ਇੱਕ ਇਹ ਜ਼ਰੂਰ ਯਾਦ ਰੱਖਣਾ ਧੰਨਵਾਦ ਲਿਖਣ ਤੋਂ ਬਾਅਦ ਜਿਹੜਾ ਤੁਸੀਂ ਸਾਹਿਤ ਸਸੇ ਨੂੰ ਕੰਨਾਂ ਨਹੀਂ ਪਾਉਣਾ ਸਾਹਿਤ ਨਹੀਂ ਪਾਉਣਾ ਸਹਿਤ ਪਾਉਣਾ ਧੰਨਵਾਦ ਸਹਿਤ ਠੀਕ ਹੈ ਸਸੇ ਨੂੰ ਕੰਨਾਂ ਨਹੀਂ ਪਾਉਣਾ ਹੈਗਾ ਸਹਿਤ ਬੋਲਣਾ ਧੰਨਵਾਦ ਸਹਿਤ ਠੀਕ ਹੈ ਸਾਹਿਤ ਨਹੀਂ ਸਹਿਤ ਅੱਗੇ ਪਹਿਲੇ ਦੀ ਸੰਖੇਪ ਰਚਨਾ 1/3 ਕਰਨਾ ਜੇ ਤੁਹਾਨੂੰ 1/3 ਕਰਨਾ ਨਹੀਂ ਪਤਾ ਲੱਗਦਾ ਤੁਸੀਂ ਜਿੰਨੀਆਂ ਵੀ ਲਾਈਨਾਂ ਹੋਣਗੀਆਂ ਉਹਦੀਆਂ ਤੁਸੀਂ 4 ਤੋਂ 5 ਲਾਈਨਾਂ ਦੇ ਵਿੱਚ 4 ਤੋਂ 5 ਲਾਈਨਾਂ ਦੇ ਵਿੱਚ ਉਹ ਅਨਸਰ ਕੰਪਲੀਟ ਕਰ ਲੈਣਾ ਮਤਲਬ ਕਿ ਤੁਸੀਂ ਇਹ ਸੋਚਣਾ ਕਿ ਕੋਈ ਵੱਡਾ ਕੁਐਸਚਨ ਆ ਉਹਨੂੰ ਸ਼ਾਰਟ ਦੇ ਵਿੱਚ ਲਿਖਣਾ ਉੱਪਰੋਂ ਤੋਂ ਲਾਈਨਾਂ ਇੱਕ ਅਧਿ ਵਿਚਾਰੋਂ ਤੇ ਐਂਡ ਤੋਂ ਦੋ ਲਾਈਨਾਂ ਬੱਸ ਉਹਨੂੰ 5 ਤੋਂ 6 ਲਾਈਨਾਂ ਦੇ ਵਿੱਚ ਕੰਪਲੀਟ ਕਰਕੇ ਲਿਖ ਦਿਓ ਤੇ ਇਹਦਾ ਸੰਖੇਪ ਰਚਨਾਏ ਹੋਗੀ ਟੁਕਮਾਸਰ ਲੇਖ ਜਦੋਂ ਤੁਸੀਂ ਇਹਨੂੰ ਪੜ੍ਹ ਲਓਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਹੈ ਕਿਦੇ ਬਾਰੇ ਉਹ ਇਹਦਾ ਟੁਕਮਾਸਰ ਲੇਖ ਹੋਊਗਾ ਜਿਵੇਂ ਇਹ ਹੈਗਾ ਇਹ ਅੱਗ ਦੀ ਉਪਯੋਗੀ ਵਰਤੋਂ ਅੱਗ ਦੀ ਉਪਯੋਗੀ ਵਰਤੋਂ ਤੇ ਇਹ ਵੀ ਹੁਣ ਸਿਲੇਬਸ ਦੇ ਵਿੱਚ ਤੁਹਾ ਤਾਂ ਤੁਹਾਡੇ ਜਿਹੜੇ ਸੋਲਵ ਕੀਤੇ ਹੋਏ ਨੇ ਠੀਕ ਹੈ 1 ਤੋਂ 13 1 ਤੋਂ 13 ਤੱਕ ਤੁਹਾਡੇ ਸਿਲੇਬਸ ਦੇ ਵਿੱਚ ਨੂੰ ਤੁਸੀਂ ਇਹਨਾਂ ਦਾ ਸਾਰਿਆਂ ਦੇ ਜਿਹੜੇ ਕਿ ਸੰਖੇਪ ਟੁਕਮੇਸਰ ਲਿਖਿਆ ਯਾਰ ਵੀ ਕਰ ਸਕਦੇ ਹੋ ਬੁੱਕ ਚੋਂ ਹੀ ਆਉਣੇ ਨੇ ਸਾਰਾ ਕਿਉਂਕਿ 1 ਤੋਂ 13 ਤੱਕ ਇਹ ਸਿਲੇਬਸ ਹੈ ਇਹਨਾਂ ਦੇ ਵਿੱਚ ਹਾਂਜੀ ਸ਼ਬਦ ਕੋਸ਼ ਤਰਤੀਬ ਸ਼ਬਦ ਕੋਸ਼ ਤਰਤੀਬ ਹੈ ਜਿਹੜੇ ਕਿ ਇਕਤਾ ਆਪਾਂ ਨੇ ਵੀ ਕਰਨੀ ਹੁੰਦੀ ਹੈ ਕਿ ਤੁਹਾਨੂੰ ਊੜਾੜਾ ਸਾਰਾ ਯਾਦ ਹੋਣਾ ਚਾਹੀਦਾ ਹੈਗਾ ਨਹੀਂ ਜਾਂ ਤਾਂ ਤੁਸੀਂ ਊੜਾੜਾ ਲਿਖ ਸਕਦੇ ਹੋ ਵੀ ਜਿਵੇਂ ਆਪਾਂ ਡਿਕਸ਼ਨਰੀ ਦੇ ਵਿੱਚ ਹੁੰਦਾ ਸਭ ਤੋਂ ਪਹਿਲਾਂ A ਵਾਲੇ ਸ਼ਬਦ ਫਿਰ B ਵਾਲੇ ਫਿਰ C ਵਾਲੇ ਫਿਰ D ਵਾਲੇ ਹਨ ਐਵੇਂ ਆਪਾਂ ਨੇ ਬਣਾਉਣੇ ਨੇ ਕਿ ਸਭ ਤੋਂ ਪਹਿਲਾਂ ਜਿਹੜੇ ਆਪਾਂ ਨੂੰ ਦਿੱਤੇ ਹੋਏ ਨੇ 6 6 ਸ਼ਬਦ ਇਹਨਾਂ ਦੇ ਵਿੱਚੋਂ ਊੜਾੜੇ ਦੇ ਵਿੱਚੋਂ ਸਭ ਤੋਂ ਪਹਿਲਾਂ ਕਿਹੜਾ ਅੱਖਰ ਆਉਂਦਾ ਉਹਦੇ ਅਕੋਰਡਿੰਗ ਉਹ ਉੱਪਰ ਉਹ ਪਹਿਲੇ ਚ ਲਿਖਣਾ ਫਿਰ ਦੇਖਣਾ ਜਿਹੜਾ ਲਿਖਿਆ ਹੈ ਉਸ ਤੋਂ ਬਾਅਦ ਜਿਹੜੇ ਰਹਿ ਗਏ ਉਹਨਾਂ ਦੇ ਵਿੱਚ ਊੜੇ ਆੜੇ ਦੇ ਵਿੱਚੋਂ ਪਹਿਲਾਂ ਕਿਹੜਾ ਆਉਂਦਾ ਫਿਰ ਉਹ ਲਿਖਣਾ ਫਿਰ ਕਿਹੜਾ ਆਉਂਦਾ ਫਿਰ ਕਿਹੜਾ ਆਉਂਦਾ ਐਵੇਂ ਇਹਨਾਂ ਦੀ ਤਰਤੀਬ ਦੇ ਅਕੋਰਡਿੰਗ ਲਿਖਣੇ ਨੇ ਠੀਕ ਹੈ ਜਦੋਂ ਇਹ ਇੱਕ ਓਖਰ ਨਾਲ ਸ਼ੁਰੂ ਹੋਏ ਹੋਏ ਹੁੰਦੇ ਨੇ ਜਿਵੇਂ ਆ ਸਾਰੇ ਵਾਵੇ ਤੇ ਨੇ ਫਿਰ ਇਹਨਾਂ ਦੇ ਵਿੱਚ ਦੇਖਣੀਆਂ ਨੇ ਲਗਾ ਮਾਤਰਾਵਾਂ ਲਗਾ ਮਾਤਰਾਵਾਂ ਯਾਦ ਰੱਖਣੇ ਨੇ ਸਭ ਤੋਂ ਪਹਿਲਾਂ ਕੰਨਾ ਕੰਨਾ ਸਿਆਰੀ ਬਿਹਾਰੀ ਔਂਕੜ ਦਲੌਂਕੜ ਲਾਵਾ ਦੁਲਾਵਾ ਹੋੜਾ ਕਣੌੜਾ ਫਿਰ ਲਗਾਖਰ ਬਿੰਦੀ ਟਿੱਪੀ ਅਦਕ ਠੀਕ ਹੈ ਲਗਾਖਰ ਨੇ ਤਿੰਨ ਇਹਨਾਂ ਦੇ ਅਕ ਠੀਕ ਹੈ ਪਹਿਲ ਤੇ ਇਹਨਾਂ ਦੇ ਵਿੱਚੋਂ ਮੁਕਤਾ ਲੈਣਾ ਮੁਕਤਾ ਅਗਰ ਸਾਰੀ ਮੁਕਤੇ ਨੇ ਫਿਰ ਉਹਨਾਂ ਦੇ ਵਿੱਚ ਮਾਤਰਾਵਾਂ ਦੇਖਣੀਆਂ ਨੇ ਜਦੋਂ ਮਾਤਰਾ ਹੋਈ ਸੇਮ ਨੇ ਜਦੋਂ ਸਪੋਜ਼ ਕੋਈ ਸਸਾ ਸਸੇ ਨੂੰ ਔਂਕੜ ਆ ਅਗਲਾ ਵੀ ਸਸੇ ਨੂੰ ਔਂਕੜ ਆ ਤੀਜਾ ਵੀ ਸਸੇ ਨੂੰ ਔਂਕੜ ਤੋਂ ਸ਼ੁਰੂ ਹੋਇਆ ਤਾਂ ਤੁਸੀਂ ਇਹਦੇ ਵਿੱਚ ਊੜੇ ਆੜੇ ਦੇ ਵਿੱਚੋਂ ਦੇਖੋਗੇ ਜਿਵੇਂ ਇੱਕ ਦੇ ਵਿੱਚ ਖਖਾ ਲੱਗਿਆ ਹੋਇਆ ਇੱਕ ਦੇ ਵਿੱਚ ਕਕਾ ਲੱਗਿਆ ਹੋਇਆ ਤਾਂ ਤੁਸੀਂ ਦੇਖੋਗੇ ਕਿ ਇਹਨਾਂ ਦੇ ਵਿੱਚੋਂ ਊੜੇ ਆੜੇ ਦੇ ਵਿੱਚੋਂ ਦੂਜਾ ਅੱਖਰ ਪਹਿਲਾਂ ਕਿਹੜਾ ਆ ਰਿਹਾ ਜਿਵੇਂ ਕਕਾ ਪਹਿਲਾਂ ਆਊਗਾ ਖਖਾ ਬਾਅਦ ਚ ਆਊਗਾ ਤਾਂ ਸੁਖ ਪਹਿਲਾਂ ਆਜੂਗਾ ਫਿਰ ਸੁਖ ਆਊਗਾ ਠੀਕ ਹੈ ਉਹ ਐਵੇਂ ਇਹਨਾਂ ਦੇ ਵਿੱਚੋਂ ਜਿਵੇਂ ਇੱਕ ਚਿੜਚੜਾ, ਚਾਕਣਾ, ਜਹਾਜ਼, ਛੰਨਾ, ਜੀਵਨ ਛੱਲੀ ਤਾਂ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੇ ਕਿ ਕਿਹੜਾ ਆ ਰਿਹਾ ਉੜਿਆਲੇ ਦੇ ਵਿਚਾਰਿਆ ਚੱਚਾ ਸ਼ਬਦ ਤਾਂ ਚੱਚਾ ਇੱਕੀ ਆ ਚਿੜਚੜਾ ਇਹਨੂੰ ਆਪਾਂ ਪਹਿਲ ਤੇ ਲਿਖਾਂਗੇ ਜਿਹੜਾ ਲਿਖਿਆ ਜਾਂਦਾ ਉਹਨਾਂ ਨੂੰ ਟਿੱਕ ਕਰ ਲਿਆ ਕਰੋ ਹੁਣ ਰਹਿ ਗਏ ਛੱਛੇ ਵਾਲੇ ਜੱਜੇ ਵਾਲੇ ਤੇ ਛੱਛਾ ਜੱਜਾ ਹੀ ਰਹਿ ਗਿਆ ਠੀਕ ਹੈ ਤੇ ਝੱਜਾ ਹੁਣ ਚੱਚਾ ਛੱਛਾ ਜੱਜਾ ਝੱਜਾ ਝੱਜਾ ਤਾਂ ਬਾਅਦ ਚ ਆਊਗਾ ਚੱਚੇ ਦੁਆਰਾ ਆਊਗਾ ਛੱਛਾ ਹੁਣ ਛੱਛੇ ਦੇ ਇੱਥੇ ਦੋਨੇ ਇੱਕ ਛੰਨਾ ਇੱਕ ਛੱਲੀ ਠੀਕ ਹੈ ਤਾਂ ਇਹਦੇ ਵਿੱਚ ਲਗਾ ਮਾਤਰਾ ਤਾਂ ਹੈ ਨਹੀਂ ਹੁਣ ਇਹਦੇ ਵਿੱਚ ਲੱਗੇ ਹੋਏ ਨੇ ਲਗਾਖਰ ਲਗਾਖਰ ਪਹਿਲਾਂ ਕਿਹੜਾ ਹੁੰਦਾ ਬਿੰਦੀ ਫਿਰ ਟਿੱਪੀ ਫਿਰ ਅਦਕ ਠੀਕ ਹੈ ਤਾਂ ਪਹਿਲਾਂ ਟਿੱਪੀ ਵਾਲਾ ਕੀ ਆ ਜੂਗਾ ਛੰਨਾ ਪਹਿਲਾਂ ਛੰਨਾ ਫਿਰ ਆਪਣੇ ਆਪ ਅੱਗੇ ਹੋ ਜੂਗਾ ਛੱਲੀ ਇਹ ਲਿਖੇ ਗਏ ਹੁਣ ਰਹਿ ਗਏ ਜਹਾਜ਼ ਤੇ ਜੀਵਨ ਹੁਣ ਜੱਜਾ ਦੋਨਾਂ 'ਚ ਜੱਜਾ ਦੋਨਾਂ 'ਚ ਜੱਜਾ ਤਾਂ ਇਹਨਾਂ ਦੇ ਵਿੱਚ ਲਗਾ ਮਾਤਰਾ ਦੇਖਾਂਗੇ ਲਗਾ ਮਾਤਰਾ ਦੇ ਵਿੱਚ ਪਹਿਲਮ 'ਚ ਤੁਹਾਨੂੰ ਦੱਸਿਆ ਮੁਕਤਾ ਪਹਿਲਾਂ ਮੁਕਤਾ ਫਿਰ ਕੰਨਾ ਸਿਹਾਰੀ ਬਿਹਾਰੀ ਔਂਕੜ ਲਾਮਾ ਦਲਾਮਾ ਹੋੜਾ ਖੋੜਾ ਤਾਂ ਇਹਨਾਂ ਦੇ ਵਿੱਚੋਂ ਮੁਕਤਾ ਆਪਾਂ ਕਿ ਜਿਹਦੇ ਨਾਲ ਕੋਈ ਮਾਤਰਾ ਨਹੀਂ ਲੱਗੀ ਹੋਈ ਤਾਂ ਉਹ ਹੈਗਾ ਜਹਾਜ਼ ਵਾਲਾ ਇਹ 'ਚ ਜੱਜਾ ਸਿੰਗਲ ਹੈ ਇਹਦੇ ਵਿੱਚ ਕੋਈ ਮਾਤਰਾ ਨਹੀਂ ਹੈਗੀ ਕਿਉਂਕਿ ਜੀਵਨ 'ਚ ਤਾਂ ਜੱਜੇ ਨੂੰ ਵਿਆਰੀ ਲੱਗੀ ਹੋਈ ਆ ਤਾਂ ਆਪਾਂ ਲਿਖ ਲਾਂਗੇ ਜਹਾਜ਼ ਇੱਥੇ ਠੀਕ ਆ ਫਿਰ ਲਿਖਾਂਗੇ ਆਪਾਂ ਜੀਵਨ ਫਿਰ ਆਪਾਂ ਨੇ ਆਪਲਾਸਟ ਦੇ ਵਿੱਚ ਕੀ ਚਲਾ ਜਾਊਗਾ ਚੱਕਣਾ ਚਿੜਚਿੜਾ ਛੰਨਾ ਛੱਲੀ ਜਹਾਜ਼ ਜੀਵਨ ਚੱਕਰ ਜਦੋਂ ਇੱਕੋ ਅੱਖਰ ਨਾਲ ਸ਼ੁਰੂ ਹੋਏ ਨੇ ਤਾਂ ਉਹਨਾਂ ਦੇ ਵਿੱਚ ਪਹਿਲਾਂ ਆਪਾਂ ਨੇ ਕੀ ਦੇਖਣੀ ਹੈ ਨੇ ਲਗਾ ਮਾਤਰਾਵਾਂ ਪਹਿਲੇ ਚ ਮੁਕਤਾ ਹੁਣ ਅਗੇ ਇਹ ਚ ਦੇਖਦੇ ਆਂ ਇਹਦੇ ਵਿੱਚ ਸਾਰੇ ਵਾਵੇ ਤੋਂ ਸ਼ੁਰੂ ਹੋਏ ਨੇ ਤਾਂ ਇਹਨਾਂ ਦੇ ਵਿੱਚ ਪਹਿਲਾਂ ਆਪਾਂ ਮੁਕਤੇ ਵਾਲੇ ਦੇਖਦੇ ਆਂ ਮੁਕਤਾ ਭਾਵ ਜਿਨ੍ਹਾਂ ਦੇ ਵਿੱਚ ਕੋਈ ਮਾਤਰਾ ਨਹੀਂ ਹੈਗੀ ਪਹਿਲੇ ਅੱਖਰ ਦੇ ਨਾਲ ਤਾਂ ਇੱਕ ਤਾਂ ਵੋਟੀ ਦੇ ਵਿੱਚ ਨਹੀਂ ਹੈਗੀ ਇੱਕ ਵਰਜਸ਼ਰੇ ਵਿੱਚ ਨਹੀਂ ਹੈ ਇੱਕ ਇੱਕ ਵਕਾਲਤ ਦੇ ਵਿੱਚ ਨਹੀਂ ਹੈ ਇੱਕ ਵਕਤਾ ਦੇ ਵਿੱਚ ਨਹੀਂ ਹੈ ਹੁਣ ਇਹਨਾਂ ਦੇ ਵਿੱਚ ਆਪਾਂ ਦੂਜਾ ਅੱਖਰ ਦੇਖਦੇ ਹਾਂ ਕਿ ਪਹਿਲਾਂ ਕਿਹੜਾ ਹੁੰਦਾ ਠੀਕ ਹੈ ਕਿਉਂਕਿ ਚਾਰ ਹੋ ਗਏ ਮੁਕਤੇ ਵਾਲੇ ਤਾਂ ਹੁਣ ਇਹਨਾਂ ਦੇ ਵਿੱਚ ਹਾ ਹਾ ਪਹਿਲਾਂ ਆ ਰਿਹਾ ਜਾਂ ਰਾਰਾ ਪਹਿਲਾਂ ਆ ਰਿਹਾ ਜਾਂ ਕਕਾ ਜਾਂ ਇੱਥੇ ਵੀ ਕੱਕੇ ਨੂੰ ਦੋ ਮਾਤਰਾ ਨੇ ਹਨਾ ਤਾਂ ਇਹਨਾਂ ਦੇ ਵਿੱਚ ਆਪਾਂ ਦੇਖਾਂਗੇ ਫਿਰ ਬਾਅਦ 'ਚ ਪਹਿਲਾਂ ਆਪਾਂ ਇਹ ਦੇਖਦੇ ਹਾਂ ਕੱਕੇ ਤੋਂ ਪਹਿਲਾਂ ਹਾ ਹਾ ਆਊਗਾ ਠੀਕ ਹੈ ਕਿਉਂਕਿ ਰਾਰਾ ਤੋਂ ਬਾਅਦ 'ਚ ਚਲਾ ਜਾਊਗਾ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਆ ਜਾਊਗਾ ਬੌਟੀ ਠੀਕ ਹੈ ਫਿਰ ਹੁਣ ਇਹ ਹੋ ਗਿਆ ਆਪਣਾ ਹੁਣ ਆਪਣੇ ਕੋਲ ਰਹਿ ਗਿਆ ਵਰਜਸ਼ ਜਾਂ ਵਕਾਲਤ ਜਾਂ ਵਕਤਾ ਲਿਖਾਂਗੇ ਹੁਣ ਇਹਦੇ ਦੇ ਵਿੱਚੋਂ ਰਾਰਾ ਦਾ ਪਹਿਲਾਂ ਜਾਊਗਾ ਬਾਅਦ ਚ ਜਾਊਗਾ ਪਹਿਲਾਂ ਆਉਣਗੇ ਕੱਕੇ ਹਨਾ ਕੱਕਾ ਪਹਿਲਾਂ ਆਉਂਦਾ ਹੁਣ ਕੱਕੇ ਵਾਲੇ ਇੱਥੇ ਦੋ ਨੇ ਹੁਣ ਆਪਾਂ ਕੀ ਦੇਖਾਂਗੇ ਇਹਨਾਂ ਦੇ ਵਿੱਚ ਤਾਂ ਇਹਨਾਂ ਦੇ ਵਿੱਚ ਆਪਾਂ ਦੇਖਾਂਗੇ ਇੱਕ ਕੱਕੇ ਨਾਲ ਕੰਨਾ ਲੱਗਿਆ ਹੋਇਆ ਇੱਕ ਕੱਕਾ ਹੈਗਾ ਮੁਕਤਾ ਤਾਂ ਆਪਾਂ ਮੁਕਤੇ ਵਾਲਾ ਪਹਿਲਾਂ ਲਿਖਾਂਗੇ ਠੀਕ ਆ ਮੁਕਤੇ ਵਾਲਾ ਪਹਿਲਾਂ ਲਿਖ ਲਿਆ ਆਪਾਂ ਨੇ ਵਕਤਾ ਠੀਕ ਆ ਵਕਤਾ ਫਿਰ ਆਪਾਂ ਨੇ ਆਪ ਚਲਾ ਗਿਆ ਵਕਾਲਤ ਅੱਗੇ ਭਾਵ ਕੀ ਆਪਾਂ ਨੇ ਕੱਕੇ ਦੇ ਦੋ ਸੀ ਵਾਵਾ ਸੀ ਭਾਵੇਂ ਤੋਂ ਬਾਅਦ ਕੱਕਾ ਕੱਕੇ ਵੀ ਦੋ ਸੀ ਹੁਣ ਠੀਕ ਐ ਇੱਕ ਮੁਕਤਾ ਸੀ ਕੱਕਾ ਇੱਕ ਹੈਗਾ ਸੀ ਕੰਨੇ ਵਾਲਾ ਤਾਂ ਆਪਾਂ ਨੇ ਮੁਕਤਾ ਪਹਿਲਾਂ ਲਿਖ ਲਿਆ ਜੇ ਤੁਹਾਨੂੰ ਐਵੇਂ ਵੀ ਨਹੀਂ ਸਮਝ ਲੱਗ ਰਹੀ ਤਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਤੱਤਾ ਪਹਿਲਾਂ ਹੁੰਦਾ ਜਾਂ ਲੱਲਾ ਤਾਂ ਤ ਤੱਤਾ ਪਹਿਲਾਂ ਹੋਗਾ ਤੱਤਾ ਥੱਥਾ ਦੱਦਾ ਤੱਦਨੰਨਾ ਪਪਾ ਫਫਾ ਬੱਬਾ ਪੱਬਾ ਮੱਮਾ ਯਈਆ ਰਾਰਾ ਲੱਲਾ ਵਾਵਾ ਠੀਕ ਐ ਲੱਲਾ ਪਿੱਛੋਂ ਚਲਾ ਜਾਊਗਾ ਪਹਿਲਾਂ ਤੱਤਾ ਆਜੂਗਾ ਤਾਂ ਉਹਦੇ ਅਕੋਰਡਿੰਗ ਵੀ ਕਰ ਸਕਦੇ ਹੋ ਠੀਕ ਹੈ ਜੀ ਕੱਕੇ ਨੂੰ ਕੰਨੇ ਵਾਲੀ ਚੀਜ਼ ਤੁਸੀਂ ਨਹੀਂ ਸਮਝ ਰਹੇ ਵੀ ਇੱਥੇ ਕੱਕਾ ਮੁਕਤਾ ਸੀ ਇੱਥੇ ਕੰਨਾ ਸੀ ਠੀਕ ਹੈ ਤਾਂ ਪਹਿਲਾਂ ਮੁਕਤਾ ਫਿਰ ਕੰਨਾ ਆਉਂਦਾ ਤਾਂ ਆਪਣਾ ਇੱਕ ਬੋਤੀ ਲਿਖਿਆ ਹੋਇਆ ਸਿੰਗਲ ਵਾਵੇ ਵਾਲੇ ਠੀਕ ਹੈ ਮੁਕਤੇ ਵਾਲੇ ਵਾਵੇ ਇੱਕ ਤਾਂ ਬੋਤੀ ਲਿਖਿਆ ਗਿਆ ਇੱਕ ਆਪਣਾ ਵਕਤਾ ਇੱਕ ਵਕਾਲਤ ਤਾਂ ਹੁਣ ਇੱਕ ਹੋਰ ਸਿੰਗਲ ਖੜਾ ਰਿਹਾ ਸੀ ਆਪਣਾ ਚਾਰ ਦੇਖਿਆ ਸੀ ਉਸੇ ਵਰਜਸ਼ ਤਾਂ ਆਪਾਂ ਲਿਖ ਦਾਂਗੇ ਫੋਰਥ ਨੰਬਰ ਤੇ ਵਰਜਸ਼ ਹੁਣ ਆਪਣੇ ਕੋਲ ਰਹਿ ਗਿਆ ਹੈ ਵੈਰਾਨ ਤੇ ਇੱਕ ਵੈਦਗੀ ਇਹਨਾਂ ਨਾਲ ਵਾਵੇ ਨਾਲ ਵੈਰਾਨ ਚ ਵੀ ਦਲਾਮਾ ਲੱਗਿਆ ਹੋਇਆ ਹੈ ਤੇ ਵੈਦਿਕੀ ਦੇ ਵਿੱਚ ਵੀ ਦਲਾਮਾ ਲੱਗਿਆ ਹੋਇਆ ਹੁਣ ਆਪਾਂ ਇਹਦੇ ਵਿੱਚ ਦੋਨੋਂ ਜਦੋਂ ਦੋਨੋਂ ਇੱਕ ਅੱਖਰ ਦੇ ਵਿੱਚ ਸੇਮ ਮਾਤਰਾ ਹੋਊਗੀ ਤਾਂ ਆਪਾਂ ਦੂਜਾ ਅੱਖਰ ਦੇਖਦੇ ਹਾਂ ਠੀਕ ਹੈ ਜਦੋਂ ਦੂਜਾ ਅੱਖਰ ਵੀ ਸੇਮ ਮਾਤਰਾ ਨਾਲ ਹੋਊਗਾ ਦੂਜਾ ਅੱਖਰ ਵੀ ਸੇਮ ਹੋਊਗਾ ਤਾਂ ਉਹਦੇ ਵਿੱਚ ਫਿਰ ਆਪਾਂ ਮਾਤਰਾ ਦੇਖਾਂਗੇ ਜਿਵੇਂ ਇਹਦੇ ਇਸ ਵਿੱਚ ਬਖਤਾ ਤੇ ਵਕਾਲਤ ਦੋਨਾਂ ਦੇ ਵਿੱਚ ਕਕਾ ਸੀ ਤਾਂ ਇਹਦੇ ਵਿੱਚ ਆਪਾਂ ਨੇ ਕੀ ਦੇਖੀ ਮਾਤਰਾ ਦੇਖੀ ਦੂਜੇ ਅੱਖਰ 'ਚ ਵੀ ਫਿਰ ਮਾਤਰਾ ਦੇਖਣੀ ਜਦੋਂ ਸੇਮ ਅੱਖਰ ਹੋਊਗਾ ਠੀਕ ਹੈ ਜੇ ਸੇਮ ਅੱਖਰ ਨਹੀਂ ਹੈਗਾ ਜਿਵੇਂ ਇਹਦੇ ਵਿੱਚ ਇਹਦੇ 'ਚ ਅਲੱਗ ਹੈ ਨਾ ਇਹਦੇ 'ਚ ਵਹਿਰਾਂ ਚਰਾਰਾ ਤੇ ਵੈਦਿਕੀ ਰਾਰਾ ਤੇ ਦੱਦਾ ਲੱਗ ਲੱਗਣੇ ਤੇ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਊੜਿਆੜੇ ਦੇ ਵਿੱਚ ਪਹਿਲਾਂ ਕਿਹੜਾ ਹੁੰਦਾ ਤਾਂ ਪਹਿਲਾਂ ਰਾਰੇ ਤੋਂ ਪਹਿਲਾਂ ਆ ਜੂਗਾ ਦੱਦਾ ਤਾਂ ਆਪਾਂ ਲਿਖ ਦਾਂਗੇ ਵੈਦਗੀ ਲਾਸਟ ਦੇ ਵਿੱਚ ਆਪਣਾ ਆ ਜੂਗਾ ਵਹਿਰਾਨ 3 ਮਾਰਕਸ ਦਾ ਹੋਣਾ ਹੈ ਤੁਹਾਨੂੰ ਬਾਕੀ ਤੁਸੀਂ ਵੀਡੀਓ ਨੂੰ ਨਾ ਦੋ ਵਾਰ ਸੁਣ ਲਿਓ ਇਹ ਵਾਲੀ ਇੱਕ ਸ਼ਬਦ ਕੋਸ਼ ਤਰਤੀਬ ਵਾਲੀ ਲੱਗ ਕੇ ਵੀ ਬਣਾਈ ਹੋਈ ਹੈ ਮੈਂ ਦੁਬਾਰਾ ਵੀ ਬਣਾਉਂਗੀ ਉਹਦੇ ਵਿੱਚ ਫਿਰ ਹੋਰ ਸਮਝ ਲੱਗ ਜੂ ਵਾਕੰਸ਼ ਕੀ ਹੈ ਆਪਾਂ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਵਾਕੰਸ਼ ਵਾਕੰਸ਼ ਜਿਹੜੇ ਕਿ ਵਾਕ ਦੀ ਕਾਰਜੀ ਕਾਇਆ ਵਾਕੰਸ਼ ਵਾਕ ਦੀ ਕਾਰਜੀ ਕਾਇਆ ਸਭ ਤੋਂ ਪਹਿਲਾਂ ਧੁਨੀ ਧੁਨੀਆਂ ਤੋਂ ਸ਼ਬਦ ਸ਼ਬਦਾਂ ਤੋਂ ਵਾਕੰਸ਼ ਠੀਕ ਆ ਵਾਕੰਸ਼ਾਂ ਤੋਂ ਉਪਵਾਕ ਉਪਵਾਕਾਂ ਤੋਂ ਵਾਕ ਦੀ ਜਿਹੜੀ ਕਿ ਰਚਨਾ ਹੁੰਦੀ ਹੈ ਤਾਂ ਇਹਦੇ ਵਿੱਚ ਹੁਣ ਆਪਣਾ ਵਾਕ ਉਤਾਂਦਰਾ ਦੇ ਵਿੱਚ ਕੋਈ ਤਿੰਨ ਕਰਨੇ ਹੋਣਗੇ ਤੁਸੀਂ ਹਰ ਇੱਕ 1 ਮਾਰਕਸ ਦਾ ਹੋਗਾ ਅੱਗੇ ਵੱਧ ਕੇ ਵੈਰੀ ਦੇ ਦੰਦ ਖੱਟੇ ਕਰੋ ਇਹਨਾਂ ਸੰਯੁਕਤ ਵਾਕ ਬਣਾਉਣਾ ਤੈਨੂੰ ਆਪਾਂ ਸੰਯੁਕਤ ਵਾਕ ਬਣਾਵਾਂਗੇ ਤਾਂ ਆਪਾਂ ਬਣਾਵਾਂਗੇ ਜਦੋਂ ਆਪਾਂ ਨੇ ਸੰਯੁਕਤ ਵਾਕ ਬਣਾਉਣਾ ਸੰਯੁਕਤ ਵਾਕ ਦੇ ਵਿੱਚ ਜਿਹੜੇ ਕਿ ਆਪਾਂ ਨੇ ਜੋਜਕ ਵਰਤਨੇ ਨੇ ਤੇ ਅਤੇ ਪਰ ਜਾਂ ਚਾਹੇ ਫਿਰ ਵੀ ਪ੍ਰੰਤੂ ਸਗੋ ਇਹ ਜੋਜਕ ਆਪਾਂ ਵਰਤ ਕੇ ਜਿਹੜੇ ਕਿ ਸੰਯੁਕਤ ਵਾਕ ਬਣਾਉਣਾ ਠੀਕ ਹੈ ਤੇ ਜਦੋਂ ਆਪਾਂ ਨੇ ਮਿਸ਼ਰਤ ਵਾਕ ਬਣਾਉਣਾ ਤਾਂ ਮਿਸ਼ਰਤ ਵਾਕ ਦੇ ਵਿੱਚ ਆਪਾਂ ਜੋਜਕ ਲਗਾਵਾਂਗੇ ਕਿਉਂਕਿ ਕਿ ਜਿਵੇਂ ਜੋ ਜਿਹੜਾ ਜਿਸ ਜਿਵੇਂ ਜਦੋਂ ਜਿਸ ਤਰ੍ਹਾਂ ਜੇ ਭਾਵੇਂ ਕਿ ਜੱਜੇ ਵਾਲੇ ਸਾਰੇ ਜੋਜਕ ਆਪਣੀ ਮਿਸ਼ਰਤ ਵਾਕ ਦੇ ਵਿੱਚ ਲਾਉਣੇ ਨੇ ਤੇ ਮਿਸ਼ਰਤ ਵਾਕ ਦੇ ਵਿੱਚ ਜੱਜੇ ਤੋਂ ਇਲਾਵਾ ਆਪਣੇ ਕੋਲ ਕਿਉਂਕਿ ਤੇ ਕੀ ਕਿਉਂਕਿ ਤੇ ਕੀ ਤੇ ਫਿਰ ਸਾਰੇ ਜੱਜੇ ਵਾਲੇ ਜਿੰਨੇ ਵੀ ਜੋਜਕ ਨੇ ਉਹ ਸਾਰੇ ਆਪਣੇ ਮਿਸ਼ਰਤ ਵਾਕ ਦੇ ਵਿੱਚ ਜਿਹੜੇ ਕਿ ਵਰਤ ਕੇ ਆਪਾਂ ਉਹਨੂੰ ਮਿਸ਼ਰਤ ਵਾਕ ਬਣਾਵਾਂਗੇ ਹੁਣ ਇੱਥੇ ਆਪਾਂ ਨੇ ਜਿਹੜੇ ਕੀ ਬਣਾਉਣਾ ਸੀ ਸੰਯੁਕਤ ਵਾਕ ਤਾਂ ਆਪਣਾ ਬਣ ਜਾਊਗਾ ਅੱਗੇ ਵਧੋ ਅਤੇ ਕਿਉਂਕਿ ਸੰਯੁਕਤ ਵਾਕ ਦੇ ਵਿੱਚ ਆਪਾਂ ਨੇ ਆਤੇ ਵਰਡ ਯੂਜ਼ ਕਰਨਾ ਅੱਗੇ ਵਧੋ ਅਤੇ ਵੈਰੀ ਦੇ ਦੰਦ ਖੱਟੇ ਕਰੋ ਅੱਗੇ ਹੈ ਆਪਣਾ ਮਿਸ਼ਰਤ ਵਾਕ ਬਣਾਉਣਾ ਵਿਪਤਾ ਸਮੇਤ ਧੀਰਜ ਰੱਖੋ ਤਾਂ ਆਪਾਂ ਲਿਖ ਦਾਂਗੇ ਜਦ ਵਿਪਤਾ ਪਵੇ ਤਦ ਧੀਰਜ ਰੱਖੋ ਜੱਜੇ ਵਾਲਾ ਜੋਜਕ ਜਦ ਵਿਪਤਾ ਵਿਪਤਾ ਪਾਏ ਤਦ ਧੀਰਜ ਰੱਖੋ ਠੀਕ ਹੈ ਇਹ ਹੋ ਗਿਆ 3 ਅੱਗੇ ਹੈ 4 ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ ਤਾਂ ਇਹਨੂੰ ਆਪਾਂ ਨੇ ਬਣਾਉਣਾ ਮਿਸ਼ਰਤ ਵਾਕ ਤਾਂ ਆਪਣਾ ਬਣ ਗਿਆ ਇਹ ਭਾਵੇਂ ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ ਭਾਵੇਂ ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ ਹੋ ਅਗਲਾ ਹੈ ਤੁਹਾਡਾ ਨਾਮ ਕੀ ਹੈ ਪ੍ਰਸ਼ਨਵਾਚਕ ਨੂੰ ਆਪਾਂ ਨੇ ਸਧਾਰਨ ਵਾਕ ਬਣਾਉਣਾ ਤਾਂ ਆਪਾਂ ਪੁੱਛਾਂਗੇ ਆਪਣਾ ਨਾਮ ਦੱਸੋ ਆਪਣਾ ਨਾਮ ਦੱਸੋ ਅੱਗੇ ਹੋਣਗੇ ਤੁਹਾਨੂੰ ਖੋਤਾਂ ਜਿਦੇ ਵਿੱਚ ਤੁਸੀਂ ਪੰਜ ਦੇ ਵਿੱਚੋਂ ਕੋਈ ਤਿੰਨ ਕਰਨੇ ਹੋਣਗੇ 2 ਮਾਰਕਸ ਦੀ ਜਿਹੜੀ ਕਿ ਖੋਤ ਹੋਊਗੀ ਜਿਵੇਂ ਆਪੇ ਮਰਜੀ ਪੁੱਜੀ ਠੀਕ ਹੈ ਜਦੋਂ ਜਦੋਂ ਕੋਈ ਆਪਣੀ ਹੀ ਵਿੜਾਈ ਕਰੇ ਤਾਂ ਇਹ ਖਾਨ ਵਰਤੀ ਜਾਂਦੀ ਆ ਆਪੇ ਮਰਜੀ ਪੁੱਜੀ ਆਪੇ ਮੇਰੇ ਬੱਚੇ ਜਣ ਵਾਕ ਤੁਸੀਂ ਜਿਵੇਂ ਮਰਜ਼ੀ ਬਣਾ ਦਿਓ ਨਾ ਬਸ ਤੁਹਾਨੂੰ ਅਰਥ ਯਾਦ ਹੋਣਾ ਚਾਹੀਦਾ ਉੱਠੇ ਤਾਂ ਊਠ ਨਹੀਂ ਰੇਤੇ ਦੀ ਮੁੱਠ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਵੇਕਾਰ ਹੈ ਠੀਕ ਹੈ ਤਾਂ ਇਹ ਖਾਨ ਵਰਤੀ ਜਾਂਦੀ ਆ ਇੱਕ ਚੁੱਪ ਤੇ 100 ਸੁੱਖ ਜਦੋਂ ਆਪਾਂ ਨੇ ਚੁੱਪ ਰਹਿੰਦੇ ਜਿਹੜੇ ਕਿ ਫਾਇਦੇ ਦੱਸਣੇ ਹੋਣ ਅਗਲਾ ਹੈ ਕੋਨਾ ਚੱਲੀ ਬਾਬਾ ਤੇ ਹਾਈ ਤੇ ਇਹਦਾ ਅਰਥ ਆ ਜੂਗਾ ਵੀ ਕੋਨਾ ਚੱਲੀ ਬਾਬਾ ਤੇ ਹਾਈ ਵੀ ਥੋੜਾ ਜਿਹਾ ਕੰਮ ਕਰਕੇ ਥੱਕ ਜਾਣਾ ਠੀਕ ਹੈ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤੇ ਹਾਇਆ ਜਦੋਂ ਚੀਜ਼ ਥੋੜੀ ਹੋਵੇ ਤੇ ਉਹਨੂੰ ਜਿਹੜੇ ਕਿ ਮੰਗਣ ਵਾਲੇ ਬਹੁਤਾ ਹੋਣ ਜਿਆਦਾ ਹੋਣ ਠੀਕ ਹੈ ਇੱਕ ਚੀਜ਼ ਨੂੰ ਦੇਣ ਲੱਗੋ ਤਾਂ ਸਾਰਿਆਂ ਦਾ ਮੰਗਣ ਲੱਗ ਜਾਣਾ ਅਗੇ ਕਵਿਤਾਵਾਂ ਕਵਿਤਾਵਾਂ ਤੁਹਾਡੇ ਸਿਲੇਬਸ ਚ ਪੰਜ ਨੇ ਠੀਕ ਹੈ ਤਿੰਨ ਤੁਹਾਨੂੰ ਆਉਣੀਆਂ ਨੇ ਤਿੰਨੇ ਦੇ ਵਿੱਚ ਤੁਸੀਂ ਇੱਕ ਦਾ ਕੇਂਦਰੀ ਭਾਵ ਕਰਨਾ ਹੋਗਾ ਜਿਵੇਂ ਚਮਚਮ ਰੱਖੋ ਕਲਗੀ ਜੁਹਾਰ ਦੀ ਠੀਕ ਹੈ ਨੰਦ ਲਾਹ ਨੂਰਪੁਰੀ ਦੀ ਕਵਤਾ ਪੁਰਾਣੇ ਪੰਜਾਬ ਨੂੰ ਵਾਜ ਪ੍ਰੋਫੈਸਰ ਪੋਨਨ ਸਿੰਘ ਦੀ ਕਵਤਾ ਤਾਜ ਮਹਿਲ ਇਹ ਸਾਰੇ ਕਵਤਾਵਾਂ ਦੇ ਕੇਂਦਰੀ ਭਾਵਿਕ ਵੀਡੀਓ ਚ ਬਣਾਏ ਹੋਏ ਨੇ ਤੁਸੀਂ ਉਹਨੂੰ ਵਾਚ ਕਰ ਸਕਦੇ ਹੋ ਇੱਕ ਕਹਾਂਗੇ ਤੁਹਾਡੇ ਟੁਕੜੀ ਜਗਤੋਂ ਨਿਆਰੀ ਕਵਤਾ ਹਨ ਤੇ ਇੱਕ ਫਿਫਥ ਜਿਹੜੀ ਕਿ ਹੈਗੇ ਤੁਹਾਡੀ ਇੱਕ ਇਹਨਾਂ ਦੇ ਵਿੱਚੋਂ ਜਿਹੜੀ ਰਹਿ ਗਈ ਵਗਦੇ ਪਾਣੀ ਪੰਜ ਕਵਿਤਾਵਾਂ ਨੇ ਅਗਲਾ ਹੈ ਕਿ ਸਿੱਕ ਕਹਾਣੀ ਦਾ ਸਾਰ ਲਿਖਣਾ ਸਾਂਝ ਕਹਾਣੀ ਦਾ ਸਾਰ ਜਾ ਆਪਣਾ ਦੇਸ਼ ਤੇ ਇੱਕ ਤੁਹਾਡੀ ਹੈਗੇ ਨੀਲੀ ਕਹਾਣੀ ਤਿੰਨੇ ਕਹਾਣੀਆਂ ਤੁਹਾਡੇ ਸਿਲੇਬਸ ਦੇ ਵਿੱਚ ਨੇ ਤਾਂ ਤੁਸੀਂ ਦੋ ਕਹਾਣੀਆਂ ਦਾ ਸਾਰ ਰਾਮ ਨਾਲ ਯਾਰ ਕਰ ਸਕਦੇ ਹੋ ਕਿ ਇੱਕ ਤੁਹਾਨੂੰ ਜਿਹੜੀ ਕਿ ਆਏ ਜਾਣੀ ਹੈ ਤੇ ਕਤਾਵਾਂ ਜਿਹੜੀ ਪੰਜ ਨੇ ਕਵਿ ਪੰਜ ਕਵਿਤਾਵਾਂ ਦੇ ਵਿੱਚੋਂ ਤਿੰਨ ਤੁਸੀਂ ਰਾਮ ਨਾਲ ਕਰ ਸਕਦੇ ਹੋ ਕਿਉਂਕਿ ਇੱਕ ਤੁਹਾਨੂੰ ਤਿੰਨ ਆਉਣਗੀਆਂ ਤਿੰਨਾਂ ਚੋਂ ਇੱਕ ਤਾਂ ਤੁਹਾਨੂੰ ਫਿਰ ਆਏ ਜਾਣੀ ਹੈ ਸੋ ਇਸੇ ਤੁਹਾਡਾ ਸੈਂਪਲ ਪੇਪਰ